ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਪਰ ਸ਼੍ਰੀ ਹਰਿ ਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਸਾਹਿਬ ਉਦਤ ਬੰਦਮ ਕਰਿ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰ ਤਾਰਾ ਸਤਿਗੁਰੁ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਪਾਵਨ ਭਗਤ ਵਚਨ ਕਿਰਪਾ ਨਿਧਾਨ ਜੁਗੋ ਜੁਗ ਅਟਲ ਚਬਰ ਸ਼ਤਰ ਤਖਤ ਦੇ ਮਾਲਕ ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਹਰ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ ਨਵੇਂ ਗੁਰਦੇਵ ਪਾਰਿਪਕਾਰੀ ਧਰਮ ਰੱਖਿਅਕ ਸ਼ਹੀਦ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਭਜਨ ਬੰਦਗੀ ਤਪ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਸੰਧਿਆ ਦੇ ਸਮੇਂ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਦਰਸ਼ਨ ਦੀਦਾਰੇ ਕਰਕੇ ਲਾਹਾ ਪ੍ਰਾਪਤ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਨੇ ਤਰਸ ਕੀਤਾ ਹੈ ਜੋ ਸਾਨੂੰ ਇਹ ਸਾਧ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ ਹਨ ਤਰਸ ਪਾਇਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਅੱਜ ਦਾ ਜੋ ਪਾਵਨ ਦਿਹਾੜਾ ਹੈ ਪੰਚ ਦੀਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੀਰੀ ਬਹਾਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਤਿੰਨਾਂ ਨੂੰ
ਦਿੱਲੀ ਦੇ ਵਿੱਚੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੀ ਸ਼ਹਾਦਤ ਤੋਂ ਦੋ ਦਿਨ ਪਹਿਲਾਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਨਵੇਂ ਪਾਤਸ਼ਾਹ ਦੇ ਪਾਵਨ ਸ਼ਹੀਦੀ ਦਿਹਾੜੇ ਉਹਦੇ ਵਿੱਚ ਸਾਰਾ ਪ੍ਰਕਰਨ ਆ ਜਾਵੇਗਾ ਵੀ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਪਰ ਉਪਕਾਰ ਹਿੱਤ ਆਪ ਔਰੰਗੇ ਦੀ ਕੈਦ ਵਿੱਚ ਗਏ ਹਨ। ਜਿਹੜਾ ਅੱਜ ਦਾ ਦਿਨ ਹੈ ਇਸ ਦਿਨ ਮਹਾਰਾਜ ਸਾਹਿਬ ਜੀ ਪਿੰਜਰੇ ਦੇ ਵਿੱਚ ਨੇ, ਗੁਰੂ ਤੇਗ ਬਹਾਦਰ ਸਾਹਿਬ ਅਤੇ ਜਿਸ ਪਿੰਜਰੇ 'ਚ ਮਹਾਰਾਜ ਹਨ ਉੱਥੇ ਗੁਰਸਿੱਖ ਪਹੁੰਚੇ ਹਨ ਪਾਤਸ਼ਾਹ ਜੀ ਦੇ ਕੋਲ। ਅਬਦੁੱਲਾ ਦਰੋਗਾ ਜਿਹੜਾ ਸੀ ਉੱਥੋਂ ਦਾ ਮਹਾਰਾਜ ਦਾ ਪ੍ਰੇਮੀ ਹੋਣ ਕਰਕੇ ਸਿੱਖਾਂ ਦੀ ਮੁਲਾਕਾਤ ਕਰਾ ਦਿੰਦਾ ਸੀ। ਜਦੋਂ ਆਨੰਦਪੁਰ ਸਾਹਿਬ ਦੇ ਜਮਾਈ ਭਾਈ ਗੁਰਸਿੱਖ ਸੰਗਤਾਂ ਬੜੀਆਂ ਉਦਾਸ ਹੋ ਗਈਆਂ ਵੀ ਮਹਾਰਾਜ ਕੁਝ ਦੱਸ ਕੇ ਨਹੀਂ ਗਏ ਵੀ ਆਉਣਾ ਜਾਂ ਕਦੋਂ ਆਉਣਾ। ਫਿਰ ਸੰਗਤ ਵੱਲੋਂ ਸੁਨੇਹਾ ਲੈ ਕੇ ਗੁਰਸਿੱਖ ਗਏ ਸੀ ਕੁਝ, ਸਾਰੀ ਵੈਰਾਗ ਦੀ ਗੱਲ ਦੱਸੀ ਨਵੇਂ ਪਾਤਸ਼ਾਹ ਨੂੰ। ਮਹਾਰਾਜ ਸੰਗਤ ਵੀ ਵੈਰਾਗ ਕਰਦੀ ਹੈ, ਤੁਹਾਡੇ ਮਾਤਾ ਸ੍ਰੀ ਨਾਨਕੀ ਜੀ ਵੀ ਬੜਾ ਵੈਰਾਗ ਕਰਦੇ ਨੇ, ਤੁਹਾਡੇ ਮਹਿਲ ਸ੍ਰੀ ਗੁਜਰੀ ਜੀ ਵੀ ਬਹੁਤ ਵੈਰਾਗ ਵਿੱਚ ਹਨ ਵੀ ਸਤਿਗੁਰੂ ਜੀ ਸਾਨੂੰ ਕੋਈ ਦੱਸ ਕੇ ਨਹੀਂ ਗਏ। ਅਤੇ ਫਿਰ ਪਾਤਸ਼ਾਹ ਨੇ ਦਰੋਗੇ ਅਬਦੁੱਲੇ ਨੂੰ ਕਹਿ ਕੇ ਕਾਗਜ਼ ਕਲਮ ਮੰਗਾਇਆ ਅਤੇ ਕੈਦ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਸਲੋਕ ਉਚਾਰੇ ਜਿਹੜੇ ਭੋਗ ਦੇ ਸਮੇਂ ਆਪਾਂ ਸਰਵਣ ਕਰਦੇ। ਇੱਕ ਤੋਂ ਲੈ ਕੇ 59 ਸਲੋਕਾਂ ਤੀਕਰ ਗੁਰਸਿੱਖਾਂ ਨੂੰ ਉਪਦੇਸ਼ ਦਿੱਤਾ ਮਹਾਰਾਜ ਸਾਹਿਬ ਜੀ ਨੇ। 50ਵਾਂ ਸਲੋਕ ਅਤੇ 51ਵਾਂ ਸਲੋਕ ਆਪਣੇ ਮਾਤਾ ਸ੍ਰੀ ਮਾਤਾ ਨਾਨਕੀ ਜੀ ਨੂੰ ਧੀਰਜ ਬਖਸ਼ਣ ਵਾਸਤੇ ਮਹਾਰਾਜ ਨੇ ਉਚਾਰਨ ਕੀਤਾ ਰਾਮ ਗਿਉ ਰਾਵਣ ਗਿਉ ਵਾਲਾ ਇਹਦੇ ਨਾਲ ਲੱਗਦਾ। ਅਤੇ ਫਿਰ 52ਵਾਂ ਸਲੋਕ ਆਪਣੇ ਮਹਿਲ ਸ੍ਰੀ ਮਾਤਾ ਗੁਜਰੀ ਜੀ ਨੂੰ ਧੀਰਜ ਦੇਣ ਵਾਸਤੇ ਵੀ ਜੋ ਪਜੇ ਉਸ ਬਿਰਸ ਹੈ ਪਰ ਉਹ ਆਜ ਕੇ ਕਾਲ ਨਾਨਕ ਹਰ ਗੁਣ ਗਾਏ ਦੇ ਛਾੜ ਸਕਲ ਜੰਜਾਲ। ਇਹ 52ਵਾਂ ਸਲੋਕ ਮਹਾਰਾਜ ਸਾਹਿਬ ਜੀ ਨੇ ਆਪਣੇ ਮਹਿਲਾਂ ਨੂੰ ਉਪਦੇਸ਼ ਦਿੱਤਾ। ਇੱਕ 53ਵਾਂ ਸਲੋਕ ਲਿਖਿਆ ਜਿਹਦੇ ਵਿੱਚ ਸਵਾਲ ਅਤੇ ਪਰਖ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ, ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋ ਦਿਓ ਪਾਏ ਕਹੋ ਨਾਨਕ ਅਬ ਉਹ ਡਹਾਰ ਗੱਜ ਦਿਓ ਹੋ ਸਹਾਏ। ਤਾਂ ਇਹ ਸਿੱਖ ਨੂੰ ਕਿਹਾ ਵੀ ਇਹ 53ਵੇਂ ਸਲੋਕ ਦਾ ਉੱਤਰ ਸਾਨੂੰ ਦੇਣਾ ਹੈ ਆ ਕੇ। ਸਲੋਕ ਲੈ ਕੇ ਸਿੱਖ ਗਿਆ ਚਿੱਠੀ ਸੰਗਤ ਨੂੰ ਮਹਾਰਾਜ ਸਾਹਿਬ ਜੀ ਦੇ ਹੁਕਮ ਨਾਲ ਪੜ੍ਹ ਕੇ ਸੁਣਾਏ। ਸਭ ਵੈਰਾਗ ਚਾਰ ਸਫੇਰੇ ਛਾ ਗਿਆ, ਬੜੇ ਵੈਰਾਗ ਵਿੱਚ ਸੰਗਤਾਂ ਨੇ ਕਿਉਂਕਿ ਮਹਾਰਾਜ ਨੇ ਕਿਹਾ ਸਾਡਾ ਸਰੀਰ ਲੱਗੇਗਾ ਜੇ ਆਨੰਦਪੁਰ ਸਾਹਿਬ ਹੁੰਦੇ ਚੱਲ ਅਸੀਂ ਫਿਰ ਵੀ ਮਾਰੀ ਜਾਣਾ ਸੀ ਪਰ ਇੱਥੇ ਹੁਣ ਇਹਨਾਂ ਪਾਪ ਦੀਆਂ ਜੜ੍ਹਾਂ ਨੂੰ ਪੱਟ ਕੇ ਅਸੀਂ ਸ਼ਹੀਦੀ ਪਾਵਾਂਗੇ। ਅਤੇ ਨਾਲ ਸਿੱਖ ਨੇ ਕਿਹਾ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਵੀ ਆਹ ਸਲੋਕ ਦਾ ਉੱਤਰ ਛੇਤੀ ਦੇ ਨਾਲ ਲੈ ਕੇ ਆਉਣਾ ਹੈ। ਤਾਂ ਉਸ ਵੇਲੇ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਇਹ ਵਿਚਾਰਿਆ ਵੀ ਗੁਰੂ ਸਾਹਿਬ ਨੂੰ ਕਾਹਦੇ ਬੰਧਨ ਨੇ, ਅਸਲ ਵਿੱਚ ਮਹਾਰਾਜ ਬਰਖੀ ਕਰਦੇ ਹਨ। ਉਸ ਵੇਲੇ ਮਹਾਰਾਜ ਨੇ ਸਲੋਕ ਉਚਾਰਨ ਕੀਤਾ ਬਲ ਹੋਵਾ ਬੰਧਨ ਛੁੱਟੇ
ਸਭ ਕੁਛ ਹੋਤ ਉਪਾਏ, ਨਾਨਕ ਸਭ ਕੁਛ ਤੁਮਰੇ ਹੱਥ ਮੈਂ, ਤੁਮ ਹੀ ਹੋਤ ਸਹਾਏ। ਇਹ ਦਸਵੇਂ ਪਾਤਸ਼ਾਹ ਨੇ ਸਲੋਕ ਉਚਾਰਿਆ, ਜਿਹੜਾ 54 ਅੰਕ ਤੇ ਨੰਬਰ ਤੇ ਸੁਭਾਇਮਾਨ ਹੈ। ਸਿੱਖ ਛੇਤੀ ਨਾਲ ਪਹੁੰਚਿਆ ਤੇ ਜਦੋਂ ਪਹੁੰਚਿਆ ਉਹ ਅੱਜ ਦਾ ਦਿਹਾੜਾ ਸੀ ਅੰਮ੍ਰਿਤ ਵੇਲੇ ਦਾ। ਮਹਾਰਾਜ ਜੀ ਨੇ ਪੜ੍ਹਿਆ ਤੇ ਉਸੇ ਲਲੇਰ ਸ਼੍ਰੀ ਫਲ ਮੰਗਾਇਆ, 5 ਪੈਸਿਆਂ ਦਾ ਪ੍ਰਬੰਧ ਕਰਕੇ ਤੇ ਥਾਲ ਦੇ ਚ ਰੱਖ ਕੇ ਗੁਰਸਿੱਖ ਦੇ ਰਾਹੀਂ ਦਿੱਲੀ ਤੋਂ ਹੀ ਮਹਾਰਾਜ ਨੇ ਆਪਣੇ ਧਿਆਨ ਦੁਆਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਤੇ ਗੁਰਤਾ ਗੱਦੀ ਦੀ ਮਰਿਆਦਾ ਪੂਰੀ ਕਰਨ ਦੇ ਲਈ ਨਵੇਂ ਪਾਤਸ਼ਾਹ ਨੇ ਗੁਰਤਾ ਗੱਦੀ ਦੀਆਂ ਨਿਸ਼ਾਨੀਆਂ ਸਿੱਖ ਨੂੰ ਬਖਸ਼ੀਆਂ ਤੇ ਨਾਲ 3 ਸਲੋਕ ਗੁਰਤਾ ਗੱਦੀ ਦੇ ਸਿਰੋਪਾਇਓ ਵਜੋਂ ਮਹਾਰਾਜ ਨੇ ਉਚਾਰਨ ਕੀਤੇ, 55, 56 ਤੇ 57। ਇਹ ਮਹਾਰਾਜ ਨੇ ਸਿਰੋਪਾਓ ਵਜੋਂ ਉਚਾਰ ਕੇ 1732 ਬਿਕਰਮੀ ਸੰਮਤ ਮਗਰ ਸੁਦੀ ਤੀਜ 1675 ਈਸਵੀ 17 ਦਸੰਬਰ ਅੱਜ ਦੇ ਦਿਹਾੜੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰੂ ਕਲਗੀ ਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੁਰੂ ਨਾਨਕ ਸਾਹਿਬ ਜੀ ਦੇ 10ਵੇਂ ਥਾਂ ਦੇ ਉੱਤੇ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਸਿੱਖ ਨੂੰ ਹੁਕਮ ਕੀਤਾ ਵੀ ਤੂੰ ਇਹ ਛੇਤੀ ਲੈ ਕੇ ਤੇ ਅਨੰਦਪੁਰ ਸਾਹਿਬ ਵਿਖੇ ਪਹੁੰਚਣਾ ਹੈ। ਉੱਥੋਂ ਫਿਰ 3 ਦਿਨ ਬਾਅਦ ਨਵੇਂ ਪਾਤਸ਼ਾਹ ਦੀ ਸ਼ਹਾਦਤ ਹੋਈ। ਮਗਰ ਸੁਦੇ 5ਵੀਂ ਵਾਲੇ ਦਿਨ ਮਹਾਰਾਜ ਸਾਹਿਬ ਜੀ ਦੁਪਹਿਰ ਦੇ ਸਮੇਂ ਸ਼ਹਾਦਤ ਪਾਈ। ਸ਼ਹੀਦੀ ਦਿਹਾੜਾ ਵੀ ਮਹਾਰਾਜ ਸਾਹਿਬ ਜੀ ਦਾ ਪੰਥ ਬਹੁਤ ਸ਼ਰਧਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਮਨਾ ਰਿਹਾ ਹੈ ਤੇ ਗੁਰਤਾ ਗੱਦੀ ਆਪ ਦੇ ਦਿਨ ਬਖਸ਼ੀ ਤੇ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਫਿਰ ਵਿਸਾਖੀ ਦੇ ਬਹੁਤ ਵੱਡਾ ਇਕੱਠ ਕਰਕੇ ਤੇ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਦੀ ਬੰਸ ਦੇ ਸਾਹਿਬਜ਼ਾਦੇ ਜਿਨ੍ਹਾਂ ਦੀ 3 ਸਾਲ ਉਮਰ ਸੀ ਭਾਈ ਰਾਮ ਕੌਰ ਜੀ, ਉਹਨਾਂ ਦੇ ਰਾਹੀਂ ਗੁਰਤਾ ਗੱਦੀ ਦਾ ਤਿਲਕ ਲਵਾ ਕੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੂੰ ਸੰਗਤ ਦੇ ਚ ਗੁਰਤਾ ਗੱਦੀ ਦੀ ਮਰਿਆਦਾ ਕੀਤੀ ਗਈ। ਸੋ ਧੰਨ ਗੁਰੂ ਕਲਗੀਧਰ ਮਹਾਰਾਜ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਰਾ ਗੰਜ਼ੂਰ ਗੁਰੂ ਗੋਬਿੰਦ ਸਿੰਘ, ਐਸੇ ਦੀਨ ਦਿਆਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਾਹਨ ਸ਼ਾਹ ਗੁਰੂ ਗੋਬਿੰਦ ਸਿੰਘ, ਅਥਵਾ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਮਹਾਰਾਜ ਸਾਹਿਬ ਜੀ ਦੇ ਗੁਰਿਆਈ ਗੱਦੀ ਦੇ ਤਖ਼ਤ 'ਤੇ ਬਿਰਾਜਮਾਨ ਹੋਣ ਦੀਆਂ ਸਮੂਹ ਮਾਈ ਭਾਈ ਗੁਰਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਪੰਥ ਦੇ ਵਾਲੀ ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ। ਸਮੂਹ ਸਿੱਖ ਸੰਗਤਾਂ ਨੂੰ ਗੁਰੂ ਪੰਥ ਖਾਲਸੇ ਨੂੰ ਆਪਣੀ ਮਰਿਆਦਾ ਰਹਿਤ ਆਪਣੀ ਆਗਿਆ ਵਿੱਚ ਚੱਲਣ ਦੀ ਸਮਰੱਥਾ ਬਖਸ਼ਣ। ਰਹੋ ਵਿਚਾਰ ਚੱਲ ਰਹੀ ਲੜੀ ਵਾਰ ਗੁਰੂ ਇਤਿਹਾਸ ਦੀ ਕਥਾ, ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੇ ਜੀਵਨ ਦੇ ਪ੍ਰਸੰਗ ਆਪਾਂ ਸਰਵਣ ਕਰ ਰਹੇ ਹਾਂ। ਖਡੂਰ ਸਾਹਿਬ ਮਹਾਰਾਜ, ਗੁਰੂ ਅਰਜਨ ਦੇਵ ਸਾਹਿਬ ਜੀ, ਗੁਰੂ ਅੰਗਦ ਸਾਹਿਬ ਜੀ ਦੇ ਪਾਵਨ ਅਸਥਾਨ ਦੇ ਦਰਸ਼ਨ ਕੀਤੇ। ਭਾਈ ਦਾਤੂ ਜੀ ਨੇ ਬੇਨਤੀ ਕੀਤੀ ਵੀ ਮਹਾਰਾਜ ਮੈਂ ਗਲਤੀ ਕੀਤੀ ਜਿਸ ਕਰਕੇ ਮੇਰੀ ਲੱਤ ਦੀ ਪੀੜਾ ਨਹੀਂ ਮੁੱਕੀ। ਹੱਥ ਫੇਰ ਕੇ ਤਰਸ ਕਰਕੇ ਮਹਾਰਾਜ ਸਾਹਿਬ ਨੇ ਬਾਬਾ ਦਾਤੂ ਜੀ ਦੇ ਦਰਦ ਦੂਰ ਕੀਤੀ ਹੈ। ਬਾਬਾ ਦਾਸੂ ਜੀ ਸਮਾਧੀ ਵਿੱਚ ਬੈਠੇ ਸੀ, ਸਮਾਧੀ ਤੋਂ ਉਠਾ ਕੇ ਪਹਿਲੇ ਪਾਤਸ਼ਾਹ ਨੇ ਉਹਨਾਂ ਦੇ ਨਾਲ ਵੀ ਮੇਲ ਮਿਲਾਪ ਕੀਤਾ।
ਸੱਚਖੰਡ ਜਾਣ ਦੀ ਆਗਿਆ ਮੰਗੀ ਮਹਾਰਾਜ। ਕਹਿੰਦੇ ਕੁਝ ਦਿਨਾਂ ਦੇ ਵਿੱਚ ਹੀ ਤੁਸੀਂ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਦੇ ਚਰਨਾਂ 'ਚ ਪਹੁੰਚ ਜਾਵੋਗੇ। ਇੱਦਾਂ ਗਰੀਬ ਨਵਾਜ਼ ਸਾਹਿਬ ਫਿਰ ਇੱਥੋਂ ਚੱਲੇ ਹਨ ਪਾਲਕੀ ਸਾਹਿਬ ਜੀ ਦੇ ਵਿੱਚ ਉੱਚੀ ਸਾਹਿਬਾਨ ਸੁਭਾਏਮਾਨ ਕਰਕੇ ਦੋਵੇਂ ਪਾਸੇ ਚੌਰ ਸਾਹਿਬ ਹੋ ਰਿਹਾ ਹੈ ਨੰਗੇ ਪੈਰੀ ਅਤੇ ਗੁਰਬਾਣੀ ਦੇ ਸ਼ਬਦ ਗਾਉਂਦਿਆਂ ਹੋਇਆਂ ਮਹਾਰਾਜ ਸਾਹਿਬ ਆਪ ਪੈਦਲ ਅੰਮ੍ਰਿਤਸਰ ਸਾਹਿਬ ਨਵਾਰੇ। ਦੋ ਕੋਹ ਜਦੋਂ ਪੈਂਡਾ ਰਹਿ ਗਿਆ ਫਿਰ ਅੰਮ੍ਰਿਤਸਰ ਦੀ ਸੰਗਤ ਭਾਈ ਗੁਰਦਾਸ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਅੱਗੋਂ ਫੁੱਲਾਂ ਦੀ ਵਰਖਾ ਕਰਦਿਆਂ ਹੋਇਆਂ ਮਹਾਰਾਜ ਸਾਹਿਬ ਜੀ ਨੂੰ ਲੈਣ ਆਏ ਅਤੇ ਜਿੱਥੇ ਹੁਣ ਦੁੱਖ ਭੰਜਣੀ ਬੇਰੀ ਅਤੇ 68 ਘਾਟ ਹੈ ਇਹਦੇ ਵਿਚਕਾਰ ਇੱਕ ਥੜਾ ਸਾਹਿਬ ਹੈ ਉਸ ਸਥਾਨ 'ਤੇ ਪਾਵਨ ਬਾਣੀ ਦੀਆਂ ਪੋਥੀਆਂ ਮਹਾਰਾਜ ਸਾਹਿਬ ਜੀ ਨੇ ਸੁਭਾਏਮਾਨ ਕਰਾਈਆਂ। ਸਾਰੀ ਰਾਤ ਕੀਰਤਨ ਹੁੰਦਾ ਰਿਹਾ ਜਿੱਥੋਂ ਰਹਿਣ ਸੁਭਾਈ ਕੀਰਤਨ ਦੀ ਮਰਿਆਦਾ ਫਿਰ ਪੰਚ ਦੇ ਪ੍ਰਾਰੰਭ ਹੋਈ। ਸਾਰੀ ਰਾਤ ਹੀ ਸਿੱਖ ਸੰਗਤ ਕੀਰਤਨ ਕਰਦੀ ਰਹੇ। ਅੰਮ੍ਰਿਤ ਵੇਲੇ ਜਦੋਂ ਪੋਥੀਆਂ ਪ੍ਰਕਾਸ਼ ਕੀਤੀਆਂ ਤਾਂ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਪਾਵਨ ਸ਼ਬਦ ਵੀ ਉਚਾਰਿਆ ਸੀ ਜੋ ਇੱਥੇ ਤੇ ਨਹੀਂ ਜ਼ਿਕਰ ਆਇਆ ਪਰ ਉਥਾਨਕਾ 'ਚ ਜ਼ਿਕਰ ਆਉਂਦਾ ਹੈ। ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਪਿਆ ਨਿਧਾਨਾ। ਇਹ ਪਾਵਨ ਸ਼ਬਦ ਮਹਾਰਾਜ ਨੇ ਪੋਥੀ ਸਾਹਿਬਾਨਾਂ ਦੇ ਵਿੱਚੋਂ ਬਾਣੀ ਦੇ ਦਰਸ਼ਨ ਕੀਤੇ ਜਦੋਂ ਇਹ ਉਚਾਰਨ ਕੀਤਾ ਸੀ। ਸਾਹਿਬ ਜੀ ਆਪਣੇ ਮਹਿਲਾਂ ਵਿੱਚ ਪਹੁੰਚੇ ਹਨ। ਗੋਂਦਵਾਲ ਸਾਹਿਬ ਜੀ ਦੀ ਸੁੱਖ ਸਾਂਦ ਜੇ ਨਾਨਕਿਆਂ ਨੇ ਕਈ ਸੁਣਾਈ ਸੀ ਮਾਤਾ ਗੰਗਾ ਜੀ ਨੂੰ ਦੱਸੀ ਹੈ। ਮਹਾਰਾਜ ਜੇ ਹੁਣ ਅੰਮ੍ਰਿਤ ਵੇਲੇ ਉੱਠ ਕੇ ਅਤੇ ਗੁਰਬਾਣੀ ਰਚਣ ਦੇ ਕਾਰਜ ਦੇ ਵਾਸਤੇ ਇਕਾਂਤ ਥਾਂ ਪਸੰਦ ਕਰਨ ਦੇ ਲਈ ਭਾਲਦੇ ਹਨ ਗੁਰਬਾਣੀ ਲਿਖਣ ਦਾ ਵੱਡਾ ਕਾਰਜ ਆਰੰਭ ਕਰਦੇ ਨੇ ਪੰਜਵੇਂ ਪਾਤਸ਼ਾਹ ਜੀ। ਇਹ ਕਥਾ ਪ੍ਰੇਮ ਦੇ ਸਹਿਤ ਸਰਵਣ ਕਰੀਏ। ਰਸਨਾ ਕਰੋ ਪਵਿੱਤਰ ਲਵਾਓ ਹਾਜ਼ਰੀ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚਾਉ ਪਈ ਸੁਪਤ ਹੇਤ ਪਰਯੰਕ ਅਰੁੜੇ। ਰਾਤ ਦੇ ਸਮੇਂ ਮਹਾਰਾਜ ਬਿਰਾਜਮਾਨ ਹੋਣ ਦੇ ਵਾਸਤੇ ਪੰਜਵੇਂ ਪਾਤਸ਼ਾਹ ਪਲੰਘੇ ਦੇ ਬਿਰਾਜਮਾਨ ਹੋਏ ਹਨ। ਇੱਕ ਪਰ ਹਰ ਗੋਬਿੰਦ ਗੁਣ ਗੋਡੇ। ਇੱਕ ਪਲੰਘਾ ਨੇੜੇ ਸੀ ਉੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵੀ ਜੋ ਗੁਣਾਂ ਦੇ ਬੜੇ ਗੂੜ ਹਨ ਗੰਭੀਰ ਹਨ ਬਿਰਾਜਮਾਨ ਹੋਏ। ਸੁੱਖ ਸੋ ਸਹਿਨ ਕਰੀ ਨਿਸਮਾਹੀ। ਰਾਤ ਸੁਖ ਆਨੰਦ ਦੇ ਨਾਲ ਬਰਾਜ ਕੇ ਮਹਾਰਾਜ ਜੀ ਨੇ ਬਤੀਤ ਕੀਤੀ। ਰਹੀ ਜਾਮ ਜਾਗੇ ਗੁਣ ਗ੍ਰਾਹੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸਵਾ ਪੈ ਰਾਤ ਰਹਿੰਦੀ ਤੋਂ ਵੱਡੇ ਤੜਕੇ ਅੰਮ੍ਰਿਤ ਵੇਲੇ ਉੱਠੇ ਹਨ ਜੋ ਗੁਣਾਂ ਦੇ ਗ੍ਰਹਿ ਕਰਨ ਵਾਲੇ ਸਿੱਖਾਂ ਨੂੰ ਗੁਣ ਬਖਸ਼ਣ ਵਾਲੇ ਹਨ। ਸਤ ਚੇਤਨ ਆਨੰਦ ਸਰੂਪਾ। ਜੋ ਸਤ ਚੇਤਨ ਆਨੰਦ ਸਰੂਪ ਹੈ ਪਰਮੇਸ਼ਰ ਦਾ। ਇਸ ਮੈਂ ਨਿਸ਼ਚਲ ਬ੍ਰਿਤੀ ਅਨੁਪਾ। ਮਹਾਰਾਜ ਜੀ ਦੀ ਜੋ ਬ੍ਰਿਤੀ ਹੈ ਅਡੋਲ ਉਪਮਾ ਤੋਂ ਰਹਿਤ ਉਹ ਸੱਚ ਚੇਤਨ ਆਨੰਦ ਸਰੂਪ ਦੇ ਵਿੱਚ ਟਿੱਕੀ ਹੋਈ ਹੈ। ਪ੍ਰਥਮ ਸੌ ਕਰ ਕੈ ਮਨ ਪਾਵਨ। ਸਭ ਤੋਂ ਪਹਿਲਾਂ ਮਹਾਰਾਜ ਸਾਹਿਬ ਜੀ ਨੇ ਸਰੀਰ ਦੀ ਕਿਰਿਆ ਸੋਧੀ ਹੈ ਤੇ ਪ੍ਰਥਮ ਸੋਚ ਕਰਕੇ ਮਨ ਪਾਵਨ ਤੇ ਮਹਾਰਾਜ ਸਾਹਿਬ ਜੀ ਨੇ ਫਿਰ ਦਾਤਣ ਕੀਤੇ। ਮਹਾਰਾਜ ਨੇ ਆਪਣੇ ਹੱਥਾਂ ਨੂੰ ਸੋਧਿਆ
ਆਪਣੇ ਚਰਨਾਂ ਨੂੰ ਮਾਜਿਆ ਹੈ, ਪੂਰੀ ਤਰ੍ਹਾਂ ਜਲ ਦੇ ਨਾਲ ਸਰੀਰ ਪਵਿੱਤਰ ਕੀਤਾ। ਉਨਹੋ ਕੀਨ ਜਲ ਲੇ ਰਦ ਧਾਵਨ। ਜਦੋਂ ਮਹਾਰਾਜ ਸਾਹਿਬ ਜੀ ਨੇ ਸਰੀਰ ਦੀ ਕਿਰਿਆ ਕਰ ਲਈ ਤੇ ਜਲ ਦੇ ਨਾਲ ਮਹਾਰਾਜ ਸਾਹਿਬ ਜੀ ਨੇ ਆਪਣਾ ਹੱਥ ਚਰਨ ਮਹਾਰਾਜ ਸਾਹਿਬ ਨੇ ਸਾਫ ਕੀਤੇ ਤੇ ਫਿਰ ਮੁੱਖ ਮਾਂਜਣਾ ਲੈ ਕੇ ਭਾਵ ਦਾਤਣ ਲੈ ਕੇ ਮਹਾਰਾਜ ਸਾਹਿਬ ਜੀ ਨੇ ਕੀਤੀ ਹੈ। ਰੂਪ ਨੀਰ ਤੇ ਮੱਜਣ ਠਾਨ। ਜਦੋਂ ਮੁੱਖ ਮਾਂਜਣਾ ਮਹਾਰਾਜ ਨੇ ਕਰ ਲਿਆ ਤੇ ਖੂਹ ਦੇ ਜਲ ਦੇ ਨਾਲ ਇਸ਼ਨਾਨ ਕੀਤਾ। ਗੁਰੂ ਕੇ ਮਹਿਲਾਂ ਦੇ ਵਿੱਚ ਖੂਹ ਸੀ, ਉੱਥੇ ਮਹਾਰਾਜ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ। ਹੁਣ ਦੁੱਖ ਭੰਜਨ ਕੀਨ ਇਸ਼ਨਾਨ। ਫਿਰ ਇੱਥੋਂ ਮਹਾਰਾਜ ਜੀ ਦੁੱਖ ਭੰਜਣੀ ਬੇਰੀ ਦੇ ਕੋਲ ਆਏ ਤੇ ਪੰਜਵੇਂ ਪਾਤਸ਼ਾਹ ਨੇ ਗੁਰਸਿੱਖਾਂ ਸਮੇਤ ਦੁੱਖ ਭੰਜਣੀ ਬੇਰੀ ਦੇ ਨੇੜੇ ਇਸ਼ਨਾਨ ਕੀਤਾ ਹੈ। ਖੜੇ ਜਾਏ ਬੈਠੇ ਸੁਖ ਪਾਉਣ। ਅੱਜ ਜੇ ਗੁਰਬਾਣੀ ਦੀਆਂ ਪੋਥੀਆਂ ਸੁਭਾਏ ਮਾਨ ਨੇ 68 ਘਾਟ ਦੁੱਖ ਭੰਜਨੀ ਬੇਰੀ ਦੇ ਲਾਗੇ ਉੱਥੇ ਜਾ ਕੇ ਸੁੱਖਾਂ ਦੇ ਘਰ ਮਹਾਰਾਜ ਬਿਰਾਜਮਾਨ ਹੋ ਗਏ। ਅਜੱਪਾ ਜਾਪ ਜਪਿਓ ਕਰ ਮਾਉਨ। ਅਜੱਪਾ ਜਾਪ ਇੱਕ ਹੁੰਦਾ ਜਿਹੜਾ ਆਪਾਂ ਕੁਝ ਬੋਲ ਕੇ ਜਾਪ ਕਰਦੇ ਹੈ, ਇੱਕ ਅਜੱਪਾ ਜਾਪ ਹੈ ਜਿਹੜਾ ਬਿਨਾਂ ਯਤਨ ਕੀਤਿਆਂ ਚੱਲਦਾ ਹੈ। ਮਹਾਰਾਜ ਦੇ ਅੰਦਰ ਹਰ ਵੇਲੇ ਅਜੱਪਾ ਜਾਪ ਚੱਲਦਾ ਸੀ, ਬਾਹਰੋਂ ਰਸਨਾਂ ਨਾਲ ਜੇ ਕੋਈ ਬਚਨ ਵੀ ਕਰਦੇ ਤੇ ਅੰਦਰ ਸਿਮਰਨ ਵਾਹਿਗੁਰੂ ਦਾ ਚੱਲਦਾ ਰਹਿੰਦਾ। ਅਜੱਪਾ ਜਾਪ ਮਹਾਰਾਜ ਸਾਹਿਬ ਜੀ ਨੇ ਕੀਤਾ ਹੈ ਤੇ ਮੁੱਖੋਂ ਵੀ ਗੁਪਤ ਹਨ। ਮਨ ਪ੍ਰਾਚੀ ਦਿਸ਼ ਭੀ ਪਰਣਾਈ। ਉਸ ਸਮਾਂ ਸਮਾਧੀ ਵਿੱਚ ਬੈਠਿਆਂ ਨੂੰ ਹੋਇਆ ਤੇ ਪੂਰਬ ਵਾਲੇ ਪਾਸੇ ਕੀ ਦੇਖਿਆ ਵੀ ਆਕਾਸ਼ ਦੇ ਵਿੱਚ ਲਾਲੀ ਜੀ ਆਈ ਹੈ, ਸੂਰਜ ਦੇ ਉਦੇ ਹੋਣ ਤੋਂ ਪਹਿਲਾਂ ਹੀ ਲਾਲ ਲਾਲ ਬੱਦਲ ਦਿਖਣ ਲੱਗ ਪਏ। ਨਿਮਰ ਨਸਿਓ ਚਟਕਾ ਚਟ ਚਹੁਕਾਈ। ਹਨੇਰਾ ਨਾਸ ਹੋ ਗਿਆ ਤੇ ਚਾਰ ਸਫੇਰੇ ਜਦੋਂ ਪੋਹ ਫਟਾਲਾ ਹੋਇਆ ਤੇ ਚਿੜੀਆਂ ਚੌਕੀਆਂ ਚਿੜੀਆਂ ਨੇ ਆਪਣੀ ਚੋਂ ਚੋਂ ਲਾਈ ਹੈ। ਕਮਲ ਬਿਲੋਚਨ ਬਿਕਸੇ ਦੋਈ। ਗੁਰੂ ਅਰਜਨ ਦੇ ਮਹਾਰਾਜ ਜੀ ਦੇ ਕਮਲ ਅਰਗੇ ਸੋਹਣੇ ਨੇਤਰ ਵੀ ਖੇਡ ਆਏ। ਉੱਠੇ ਪ੍ਰਭੂ ਪ੍ਰਭਾਤ ਲਖ ਹੋਈ। ਮਹਾਰਾਜ ਨੇ ਜਾਣਿਆ ਨਾ ਵੀ ਪ੍ਰਭਾਤ ਹੋ ਗਈ ਹੈ। ਉਹ ਸਮਾਂ ਵੀ ਜਦੋਂ ਹਨੇਰਾ ਬਿਲਕੁਲ ਖਤਮ ਹੋ ਜੇ ਤੇ ਦਿਨ ਚੜ੍ਹਨ ਵਾਲਾ ਹੋਵੇ ਉਹਨੂੰ ਪ੍ਰਭਾਤ ਕਹਿੰਦੇ ਹਨ। ਤੇ ਮਹਾਰਾਜ ਸਾਹਿਬ ਜੀ ਨੇ ਪ੍ਰਭਾਤ ਹੋਈ ਜਾਣ ਕੇ ਤੇ ਨੇਤਰ ਖੁੱਲੇ ਸਮਾਧੀ ਵਿੱਚੋਂ ਮਹਾਰਾਜ ਜੀ ਉੱਠੇ ਹਨ। ਵੱਡੀ ਪ੍ਰਕਰਮਾ ਫਿਰ ਕਰ ਆਏ। ਮਹਾਰਾਜ ਉੱਠ ਕੇ ਤੇ ਫਿਰ ਵੱਡੀ ਪ੍ਰਕਰਮਾ, ਕਿਉਂਕਿ ਨਿਤ ਦਾ ਨੇਮ ਸੀ ਸਰੋਵਰ ਦੀ ਬਾਹਰੋਂ ਪ੍ਰਕਰਮਾ ਪੰਜਵੇਂ ਪਾਤਸ਼ਾਹ ਕਰਦੇ ਸੀ, ਵੱਡੀ ਪ੍ਰਕਰਮਾ ਕੀਤੀ ਪਾਤਸ਼ਾਹ ਨੇ ਤੇ ਪ੍ਰਕਰਮਾ ਕਰਕੇ ਫਿਰ ਉੱਥੇ ਆ ਗਏ। ਔਰ ਦਰਸ਼ਨੀ ਸੀ ਸੁਨਵਾਏ। ਦਰਸ਼ਨੀ ਡਿਊੜੀ ਦੇ ਜਾ ਕੇ ਹਰਿਮੰਦਰ ਸਾਹਿਬ ਦੇ ਸਨਮੁਖ ਉੱਥੇ ਵੀ ਮੱਥਾ ਟੇਕਿਆ। ਪੁਨਹਿ ਜਾਏ ਦਰਬਾਰ ਸੋ ਬੰਦੇ। ਤੇ ਫਿਰ ਦਰਬਾਰ ਦੇ ਵਿੱਚ ਹਰਿਮੰਦਰ ਸਾਹਿਬ ਦੇ ਅੰਦਰ ਜਾ ਕੇ ਗੁਰੂ ਅਰਜਨ ਸਾਹਿਬ ਜੀ ਨੇ ਵੰਦਨਾ ਕੀਤੀ। ਚਤੁਰ ਪ੍ਰਦਰਸ਼ਨਾ ਕੀਨ ਆਨੰਦੇ। ਬੜੇ ਆਨੰਦ ਦੇ ਨਾਲ ਮਹਾਰਾਜ ਨੇ ਚਾਰ ਪ੍ਰਕਰਮਾ ਕੀਤੀਆਂ ਨੇ। ਤਿੰਨ ਕਰਦੇ ਸੀ ਮਨ ਬਾਣੀ ਸਰੀਰ ਭਾਵ ਨੂੰ ਮੁੱਖ ਰੱਖ ਕੇ, ਖੁਸ਼ੀ ਜਾਇਆਂ ਨੇ ਅੱਜ ਚਾਰ ਕੀਤੀਆਂ ਤੇ ਬੜੇ ਆਨੰਦ ਵਿੱਚ ਹਨ। ਇਮ ਦਰਸ਼ਨ ਕਰ ਫਿਰ ਪੁਨ ਆਏ। ਇਹ ਭਲੇ ਪਾਤਸ਼ਾਹ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਤੇ ਫਿਰ ਮੁੜ ਕੇ 68 ਘਾਟ ਨੇੜੇ ਜਿੱਥੇ ਥੋੜਾ ਉੱਥੇ ਆ ਗਏ। ਬੈਠ ਥੜੇ ਪਰ ਗੁਰੂ ਸੁਹਾਏ। ਥੜੇ ਦੇ ਉੱਤੇ ਬੈਠ ਕੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਬੜੇ ਸੋਹਣੇ ਫੱਬਦੇ ਹਨ। ਮਨੋ ਸ਼ਾਮ ਪਥਿਤ ਗਿਰ ਕਹਿ ਲਾਸ਼ਾ। ਮਨੋ ਵੀ ਜਿਵੇਂ ਕਹਿੰਦੇ ਵੀ ਗ
ਕੈਲਾਸ਼ ਪਰਬਤ ਦੇ ਵਿੱਚ ਕਹਿੰਦੇ ਆ ਵੀ ਸ਼ੰਭੂ ਬੜਾ ਸੋਹਣਾ ਲੱਗਦਾ, ਉਹਦੀ ਸ਼ੋਭਾ ਵੀ ਮਹਾਰਾਜ ਦੀ ਸ਼ੋਭਾ ਦੇ ਅੱਗੇ ਫਿੱਕੀ ਪੈ ਰਹੀ ਹੈ, ਇੰਨਾ ਪ੍ਰਭਾਵ ਹੈ ਪੰਜੇ ਪਾਤਸ਼ਾਹ ਦਾ। ਸੂਰਜ ਸਿੱਖ ਪੈਸੇ ਚਮ ਪਾਸਾ ਤੇ ਚਾਰ ਸਵੇਰੇ ਮਹਾਰਾਜ ਜੀ ਦੇ ਗੁਰਸਿੱਖ ਪ੍ਰੇਮ ਭਾਵਨਾ ਦੇ ਨਾਲ ਘੇਰਾ ਕੱਤੀ ਬੈਠੇ ਹਨ। ਸੰਗਤ ਆਏ ਲੱਗਿਓ ਦੀਵਾਨ, ਸੰਗਤਾਂ ਆ ਗਈਆਂ ਨੇ, ਦੀਵਾਨ ਸੱਜ ਗਿਆ ਹੈ, ਦੁੱਖ ਭੰਜਣੀ ਬੇਰੀ ਲਾਗੇ ਅੜਸੜ ਘਾਟ ਤੇ ਬੀਚ ਬਿਰਾਜੈ ਕਿਰਪਾ ਨਿਧਾਨ ਤੇ ਕਿਰਪਾ ਦੇ ਨਿਧਾਨ ਸਤਿਗੁਰੂ ਅਰਜਨ ਦੇ ਮਹਾਰਾਜ ਸਿੱਖ ਸੰਗਤਾਂ ਦੇ ਵਿੱਚ ਬਰਾਜ ਰਹੇ ਨੇ, ਫੱਬ ਰਹੇ ਨੇ, ਸ਼ੋਭਾ ਪਾ ਰਹੇ ਹਨ। ਸ੍ਰੀ ਮੁਖ ਤੇ ਬੋਲੇ ਬਚ ਐਸੇ ਜਦੋਂ ਵੇਖਿਆ ਮਹਾਰਾਜ ਨੇ ਵੀ ਸੰਗਤ ਆਈ ਤੇ ਭਾਈ ਗੁਰਦਾਸ ਵੱਲ ਨੂੰ ਮੁਖ ਕਰਕੇ ਤੇ ਗੁਰੂ ਅਰਜਨ ਦੇਵ ਜੀ ਨੇ ਏਦਾਂ ਬਚਨ ਕੀਤਾ। ਨਿਕਸੇ ਕਮਲ ਖਿਰੇ ਅਲ ਜੈਸੇ ਮਹਾਰਾਜ ਦੇ ਕਮਲ ਅਰਗੇ ਸੋਹਣੇ ਮੁਖ ਤੋਂ ਕਹਿੰਦੇ ਵੀ ਬਚਨ ਏਦਾਂ ਪ੍ਰਗਟ ਹੋਏ ਨੇ ਜੇ ਜਦੋਂ ਕਮਲ ਦੇ ਫੁੱਲ ਦੇ ਵਿੱਚ ਜਿਹੜੇ ਭੌਰੇ ਹਨ, ਜਦੋਂ ਕਮਲ ਦਾ ਫੁੱਲ ਖੇੜੇ ਵਿੱਚ ਆ ਜਾਂਦਾ ਹੈ ਤੇ ਭੌਰੇ ਜਿਵੇਂ ਨਿਕਲਦੇ ਨੇ ਨਾ, ਐਵੇਂ ਮਹਾਰਾਜ ਦੇ ਮੁਖ ਦੇ ਵਿੱਚੋਂ ਬਚਨ ਪ੍ਰਗਟ ਹੋਏ ਹਨ। ਜੀਤ ਦੇ ਸੁਣ ਭਾਈ ਗੁਰਦਾਸ ਮਹਾਰਾਜ ਕਹਿੰਦੇ ਹੇ ਭਾਈ ਗੁਰਦਾਸ ਜੀ, ਆਪਣਾ ਚਿੱਤ ਦੇ ਕੇ ਨਾ ਐਨ ਪੂਰਾ ਧਿਆਨ ਦੇ ਕੇ ਸਾਡੇ ਵੱਲ ਤੇ ਸਾਡਾ ਬਚਨ ਸੁਣੋ। ਪਾਰੇ ਉਪਕਾਰ ਵੱਡੋ ਸੁਖ ਰਾਸ ਉਹ ਬੜਾ ਪਾਰੇ ਉਪਕਾਰ ਦਾ ਬਚਨ ਹੈ, ਬਹੁਤੇ ਸੁੱਖਾਂ ਦੇ ਦੇਣ ਵਾਲਾ ਤੇ ਵੱਡਾ ਪਾਰੇ ਉਪਕਾਰੀ ਬਚਨ ਹੈ ਜਿਹਦੇ ਨਾਲ ਬਹੁਤੇ ਲੋਕਾਂ ਦਾ ਭਲੇ ਭਲਾ ਹੋਵੇਗਾ। ਦੇਖ ਦੇਖ ਕਰ ਸਭ ਪੋਥੀਨ ਦੇਖ ਦੇਖ ਕਰ ਸਭ ਪੋਥੀਨ ਮਹਾਰਾਜ ਜੀ ਕਹਿੰਦੇ ਵੀ ਉਹ ਕਾਰਜ ਹੈ ਵੀ ਜਿਹੜੀਆਂ ਗੁਰਬਾਣੀ ਦੀਆਂ ਪੋਥੀਆਂ ਨੇ ਨਾ, ਇਹਨਾਂ ਨੂੰ ਵੇਖ ਵੇਖ ਕੇ ਇਹਨਾਂ ਦੇ ਦਰਸ਼ਨ ਕਰ ਕਰਕੇ ਕੱਲੀ ਕੱਲੀ ਪੰਕਤੀ ਦੇ ਕੱਲੇ ਕੱਲੇ ਸ਼ਬਦ ਦੇ ਕਰੋ ਗ੍ਰੰਥ ਸਾਹਿਬ ਰਸ ਪੀਨ ਇਹਦੇ ਸਮੂਹ ਰਸਾਂ ਦੇ ਨਾਲ ਭਿੱਜੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਤਿਆਰ ਕਰੀਏ, ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਰਚੀਏ। ਮਤ ਬਿਲੋਚਨ ਜਿਨ ਕੇ ਨਾਹੇ ਨਾ ਪਾਤਸ਼ਾਹ ਕਹਿੰਦੇ ਵੀ ਜਗਤ ਦੇ ਜਿਹੜੇ ਜੀਵ ਹੈ ਸ੍ਰੇਸ਼ਟ ਮਤ ਰੂਪੀ ਕਹਿੰਦੇ ਜਿਨ੍ਹਾਂ ਦੇ ਨੇਤਰ ਨਹੀਂ ਹਨ, ਜਿਨ੍ਹਾਂ ਦੇ ਮਨ ਤੇ ਬੁੱਧ ਰੂਪੀ ਨੇਤਰਾਂ ਦੇ ਵਿੱਚ ਵਿਚਾਰ ਰੂਪੀ ਨਿਗਾਹ ਨਹੀਂ ਹੈ, ਬਾਹਰੀ ਅੱਖਾਂ ਦੇ ਹੁੰਦੇ ਆ ਵੀ ਜਿਹੜੇ ਅੰਤਰੀਵ ਤੌਰ ਤੇ ਅੰਨੇ ਹਨ। ਸਾਮ ਦਮ ਸਬਲ ਸੁਬਾਹਨ ਜਾਹੇ ਨਾ ਤੇ ਫਿਰ ਆਪਣੇ ਮਨ ਤੇ ਕਾਬੂ ਕਰਨਾ, ਆਪਣੇ ਤਨ ਦੇ ਇੰਦਰੀਆਂ ਦੇ ਉੱਤੇ ਕਾਬੂ ਕਰਨਾ, ਸਹਿਤ ਬਲ ਤੇ ਕਹਿੰਦੇ ਵੀ ਸਮਦਮ ਰੂਪੀ ਬਲ ਵਾਲੀਆਂ ਜਿਨ੍ਹਾਂ ਦੀ ਬਾਹਾਂ ਨਹੀਂ ਹਨ, ਸਮਦਮ ਰੂਪ ਬਾਹਾਂ ਤੋਂ ਬਿਨਾਂ ਨੇ ਜਿਹੜੇ ਭਾਵ ਮਹਾਰਾਜ ਜੀ ਬਾਹਰੀ ਅੰਗਾਂ ਤੋਂ ਬਗੈਰ, ਇੱਕ ਤਾਂ ਹੁੰਦਾ ਨਾ ਬਾਹਰ ਦੇ ਅੰਗ ਹੋਣ ਫੱਬ ਦੇ, ਇਹ ਅੰਤਰੀਵ ਖੇਡ ਖੇਡਦੇ ਹਨ, ਕਹਿੰਦੇ ਵੀ ਜਿਨ੍ਹਾਂ ਦੀਆਂ ਸਮਤ ਰੂਪੀ ਜਾਂ ਗਿਆਨ ਰੂਪੀ ਅੱਖਾਂ ਨਹੀਂ ਹਨ, ਜਿਨ੍ਹਾਂ ਦੇ ਅੰਦਰ ਸੰਦਮ ਸਾਧਨਾ ਰੂਪੀ ਬਾਹਾਂ ਨਹੀਂ ਹਨ। ਤਪ ਮਖ ਪਗ ਤੇ ਜੇ ਨਰਹੀਨੇ ਜਿਹੜੇ ਮਨੁੱਖ ਤਪ ਮਖ ਪਗ ਤੇ ਜੇ ਨਰਹੀਨੇ, ਕੋਈ ਤਪ ਸਾਧਨਾ ਕੋਈ ਸਰੀਰ ਕਰਕੇ ਬੰਦਗੀ ਕਰਨੀ ਕੋਈ ਸੇਵਾ ਕਰਨੀ, ਇਹਦੇ ਤਪ ਆਦਕ ਜਗ ਰੂਪੀ ਪੈਰਾਂ ਤੋਂ ਜਿਹੜੇ ਹੀਨ ਹਨ। ਦਿਨ ਹਿਤ ਸੇਤ ਰਚੋ ਹਿਤ ਦੀਨੇ ਉਹਨਾਂ ਸਾਰੇ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਸਤੇ ਭਾਈ ਗੁਰਦਾਸ ਸਾਹਿਬ ਜੀ ਹਿਤ ਦੇ ਨਾਲ ਪਿਆਰ ਦੇ ਨਾਲ ਇਹ ਗੁਰਬਾਣੀ ਦਾ ਪੁੱਲ ਰਚ ਦਿਓ,
ਜਿਵੇਂ ਪੁਲ ਸਾਣੀ ਲੰਘ ਜਾਈਦਾ ਹੈ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਣਗੇ। ਸਾਗਰ ਅਗਨ ਸੰਸਾਰ ਅਗਾਹੋ, ਕਿਉਂਕਿ ਜਿਹੜਾ ਸੰਸਾਰ ਸਮੁੰਦਰ ਹੈ ਬੜਾ ਡੂੰਘਾ ਹੈ, ਜਿਹਦੇ ਵਿੱਚ ਅੱਗ ਲਟਪਟ ਬਲਦੀ ਹੈ। ਜਿਸ ਪੁਲ ਆਸ਼ਰੈ ਇਹ ਤਰ ਜਾਹੋ, ਇਹ ਤ੍ਰਿਸ਼ਨਾ ਈਰਖਾ ਦੀ ਵਿਕਾਰਾਂ ਦੀ ਲਟਪਟ ਬਲਦੀ ਅੱਗ ਦੇ ਸਮੁੰਦਰ ਦੇ ਵਿੱਚੋਂ ਜਿਹੜਾ ਵੀ ਕੋਈ ਸਿੱਖ ਇਹ ਗੁਰਬਾਣੀ ਰੂਪੀ ਜਹਾਜ਼ ਦੇ ਪੁਲ ਤੇ ਚੜੇਗਾ, ਇਸ ਦੇ ਆਸਰੇ ਸੰਸਾਰ ਤੋਂ ਸਹੀ ਜਿਹੀ ਪਾਰ ਹੋ ਜਾਵੇਗਾ। ਸੋ ਚਿਤ ਲਾਏ ਬਨਾਵਰ ਕੀ ਜਹੇ, ਇਸ ਕਰਕੇ ਭਾਈ ਗੁਰਦਾਸ ਜੀ ਚਿਤ ਲਾ ਕੇ ਉਹ ਗੁਰਬਾਣੀ ਦੀ ਬੀੜ ਰਚੀਏ, ਸਾਰੀਆਂ ਪੋਥੀਆਂ ਤੋਂ ਉਤਾਰਾ ਕਰਕੇ ਕ੍ਰਮਵਾਰ ਰਾਗਾਂ ਦੇ ਵਿੱਚ ਇੱਕ ਥਾਂ ਤੇ ਮਹਾਰਾਜ ਸਾਹਿਬ ਜੀ ਦੀ ਬਾਣੀ ਜੋ ਹੈ ਇਕੱਤਰ ਕਰੀਏ। ਨਰ ਅਸੰਖ ਕੋ ਹਿਤ ਕਰ ਦੀਜਹੇ, ਕਿਉਂਕਿ ਇਹ ਬਹੁਤ ਮਨੁੱਖਾਂ ਦਾ ਭਲਾ ਹੋਵੇਗਾ ਇਹਦੇ ਨਾਲ। ਕੋਈ ਇਹ ਇੱਕ ਇਕੱਲੇ ਮਨੁੱਖ ਦੀ ਜਾਂ ਕੋਈ ਦਸ ਵੀਹ ਪੰਜਾਹ ਜਾਂ ਸੌ ਦੀ ਗੱਲ ਨਹੀਂ। ਪੰਜਵੇਂ ਪਾਤਸ਼ਾਹ ਕਹਿੰਦੇ ਅਸੰਖ, ਸੰਖ ਨਾਮ ਹੈ ਗਿਣਤੀ ਦਾ, ਅਸੰਖ ਤੋਂ ਭਾਵ ਹੈ ਗਿਣਤੀ ਤੋਂ ਰਹਿਤ। ਅਣਗਿਣਤੀ ਜੀਵਾਂ ਦਾ ਭਲਾ ਕਰ ਦਿਓ ਗੁਰਬਾਣੀ ਦਾ ਜਹਾਜ਼ ਰਚ ਕੇ, ਕਿਉਂਕਿ ਗੁਰਬਾਣੀ ਜਿਹੜੀ ਹੈ ਕਿਸੇ ਇੱਕ ਵਿਅਕਤੀ ਵਿਸ਼ੇਸ਼ ਇੱਕ ਵਿਸ਼ੇਸ਼ ਧਰਮ ਵਾਸਤੇ ਨਹੀਂ, ਇਹ ਸਰਬ ਸਾਂਝੀ ਬਾਣੀ ਹੈ, ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਧਰੋਂ ਆਈ ਬਾਣੀ ਹੈ ਤੇ ਸਾਰੇ ਜਗਤ ਦੇ ਜੀਵਾਂ ਦੀ ਕਲਿਆਣ ਵਾਸਤੇ ਭਾਈ ਗੁਰਦਾਸ ਜੀ ਇੱਕ ਥਾਂ ਤੇ ਬੀੜ ਵਿੱਚ ਬਾਣੀ ਇਕੱਤਰ ਕਰ ਦਈਏ। ਮਹਾਂਪੁਰਖ ਕੋ ਜਗ ਤਨ ਧਾਰਨ, ਕਿਉਂਕਿ ਜਿਹੜੇ ਮਹਾਂਪੁਰਖ ਹੁੰਦੇ ਹੈ ਸਰੀਰ ਕਰਕੇ ਜਿਹੜਾ ਜਗਤ ਦੇ ਚ ਸੰਸਾਰ ਦੇ ਚ ਆਉਣਾ ਹੈ ਮਹਾਂਪੁਰਖਾਂ ਦਾ, ਅੰਨ ਕਨ ਨਰਨ ਸ਼੍ਰੇ ਕੇ ਕਾਰਨ, ਉਹਨਾਂ ਦਾ ਸੰਸਾਰ ਵਿੱਚ ਆਉਣਾ ਹੀ ਅਣਗਿਣਤ ਜੀਵਾਂ ਦੀ ਕਲਿਆਣ ਦੇ ਵਾਸਤੇ ਹੁੰਦਾ ਹੈ। ਰੱਬ ਦੇ ਪਿਆਰੇ ਜਿਹੜੇ ਨੇ ਉਹ ਤਾਂ ਉਹਨਾਂ ਜਗਤ ਵਿੱਚ ਕੀ ਕਰਨਾ, ਉਹ ਸਾਡੇ ਵਾਂਗ ਆਪਣੀ ਜੂਨ ਭੋਗਣ ਥੋੜਾ ਆਏ ਹੈ, ਉਹਦੇ ਅਨੇਕ ਪਸ਼ੂ ਬਿਰਤੀ ਮਨੁੱਖਾਂ ਨੂੰ ਉਧਾਰਨ ਵਾਸਤੇ ਆਉਂਦੇ ਹਨ। ਜਾਤੇ ਆਪਕੋ ਥਾਣ ਨਿਹਾਰੋ, ਇਸ ਕਰਕੇ ਭਾਈ ਗੁਰਦਾਸ ਸਾਹਿਬ ਜੀ ਕੋਈ ਇਕਾਂਤ ਵਾਲੀ ਸੋਹਣੀ ਥਾਂ ਵੇਖੋ। ਹੋਏ ਇਕਾਕੀ ਸੁੰਦਰ ਸਾਰੋ, ਇਹ ਇਕਾਂਤ ਹੋਵੇ ਤੇ ਸੋਹਣੀ ਰਮਣੀਕ ਥਾਂ ਹੋਵੇ, ਹਰਿਆਵਲਤਾ ਹੋਵੇ, ਜੇ ਹੇਰਤ ਹੋਏ ਹਰਖ ਪਿਸਾਲਾ, ਜਿਸ ਨੂੰ ਵੇਖਦੇ ਆ ਕਹਿੰਦੇ ਬੜਾ ਚਾਅ ਚੜੇ, ਬੜਾ ਚਿਤ ਖੁਸ਼ ਹੋਵੇ, ਇਹੋ ਜੀ ਹਰਿਆਲਤਾ ਆਬਾ ਵਾਲੀ ਸੁੰਦਰ ਜਗ੍ਹਾ ਸਥਾਨ ਵੇਖ ਕੇ। ਹਰਿਆਵਲ ਅਵਨੀ ਤਰ ਜਲ, ਇੱਕ ਤਾਂ ਧਰਤੀ ਹਰਿਆਵਲ ਤਾਰੇ ਸਹਿਤ ਹੋਵੇ, ਸੰਘਣੀ ਛਾਇਆ ਹੋਵੇ ਤੇ ਉੱਥੇ ਨਾਲ ਮਹਾਰਾਜ ਕਹਿੰਦੇ ਜਲ ਦਾ ਵੀ ਪ੍ਰਬੰਧ ਹੋਵੇ, ਪਾਣੀ ਵੀ ਹੋਵੇ। ਜਲ ਸਮੀਪ ਹੋਏ ਸੁੰਦਰ ਛਾਇਆ, ਕਿਉਂਕਿ ਪਾਣੀ ਜਲ ਸਮੀਪ ਹੋਵੇ ਤੇ ਉਸ ਜਲ ਸਥਾਨ ਦੇ ਨੇੜੇ ਨੇੜੇ ਦਰਖਤਾਂ ਦੀ ਸੋਹਣੀ ਸੰਘਣੀ ਛਾਇਆ ਹੋਵੇ। ਸਗਨ ਹਰਤ ਦਲ ਹੋਏ ਸਮਦਾਇਆ, ਫਿਰ ਉਹ ਦਰਖਤ ਜਿਹੜੇ ਹਨ ਉਹ ਸਗਨ ਹਰਤ ਸੰਘਣੇ ਹੋਣ ਤੇ ਹਰਤ ਹਰੇ ਭਰੇ ਹੋਣ ਤੇ ਸਾਰੇ ਪੱਤਿਆਂ ਦੇ ਨਾਲ ਭਰੇ ਹੋਣ। ਸੁਣ ਭਾਈ ਗੁਰਦਾਸ ਅਲਾਵਹੇ, ਜਦੋਂ ਪਾਤਸ਼ਾਹ ਨੇ ਕਿਹਾ ਵੀ ਕੋਈ ਰਮਣੀਕ ਕੋਈ ਸੋਹਣੀ ਜਗ੍ਹਾ ਵੇਖੋ ਹਰੀ ਭਰੀ, ਤਾਂ ਭਾਈ ਗੁਰਦਾਸ ਜੀ ਮਹਾਰਾਜ ਜੀ ਦਾ ਵਚਨ ਸੁਣ ਕੇ ਕਹਿਣ ਲੱਗੇ, ਜੋ ਥਲ ਕਿਰਪਾ ਸਿੱਧ ਕੋ ਭਾਵ ਹੈ, ਕਹਿੰਦੇ ਮਹਾਰਾਜ ਜੋ ਆਪ ਜੀ ਕਿਰਪਾ ਦੇ ਸਮੁੰਦਰ
ਤੇ ਜਿਹੜੀ ਥਾਂ ਤੁਹਾਨੂੰ ਭਾ ਜਾਵੇ, ਜਿਹੜੀ ਥਾਂ ਤੁਹਾਨੂੰ ਪਸੰਦ ਆ ਜਾਵੇ, ਸੋ ਆਚੋ ਹੋਏ ਬੈਠਣ ਯੋਗ, ਉਹੀ ਥਾਂ ਮਹਾਰਾਜ ਅੱਛੀ ਤੇ ਬਹਿਣ ਯੋਗ ਹੈ। ਥਾਂ ਕਰਕੇ ਥਾਂ ਦੀ ਮਹਾਨਤਾ ਨੀ, ਜਿਹੜੀ ਤੁਹਾਡੇ ਪਸੰਦ ਆ ਗਈ, ਜਿਹਦੇ ਤੇ ਮਹਾਰਾਜ ਤੁਹਾਡੀ ਮਿਹਰ ਦੀ ਨਿਗਾਹ ਹੋ ਗਈ, ਉਹੀ ਥਾਂ ਬਹਿਣ ਯੋਗ ਹੋ ਜਾਏਗੀ, ਉਹ ਸਥਾਨ ਉਹ ਧਰਤੀ ਭਾਗਾਂ ਵਾਲੀ ਹੋ ਜਾਵੇਗੀ। ਜਹਾਂ ਨਾ ਪਹੁੰਚ ਸਕੇ ਸਭ ਲੋਕ, ਜਿੱਥੇ ਕੋਈ ਬਹੁਤ ਹੀ ਹਰਿਮੰਦਰ ਸਾਹਿਬ ਦੇ ਵਾਂਗ ਆਵਾਜਾਈ ਨਾ ਹੋਵੇ, ਕਿਉਂਕਿ ਹਰਿਮੰਦਰ ਸਾਹਿਬ ਦੇ ਬੇਅੰਤ ਸੰਗਤਾਂ ਹੁੰਦੀਆਂ ਨੇ ਤੇ ਗੁਰਬਾਣੀ ਲਿਖਣ ਉਚਾਰਨ ਵਾਸਤੇ ਇਕਾਂਤ ਚਾਹੀਦਾ ਹੈ, ਤੇ ਪਾਤਸ਼ਾਹ ਜਿਹੜੀ ਜਗ੍ਹਾ ਆਪ ਜੀ ਨੂੰ ਪਸੰਦ ਆਵੇ, ਜਿੱਥੇ ਕੋਈ ਬਹੁਤੀ ਆਵਾਜਾਈ ਨਾ ਹੋਵੇ। ਸੁਣ ਸ਼੍ਰੀ ਅਰਜਨ ਆਪੇ ਚਲੇ, ਜਦੋਂ ਭਾਈ ਗੁਰਦਾਸ ਜੀ ਨੇ ਨਿਮਰਤਾ ਦੇ ਨਾਲ ਕਿਹਾ ਵੀ ਮਹਾਰਾਜ ਤੁਸੀਂ ਹੀ ਕਿਰਪਾ ਕਰੋ, ਵੀ ਅਸੀਂ ਕੌਣ ਹੁੰਦੇ ਹਾਂ ਵੀ ਕਿਸੇ ਥਾਂ ਨੂੰ ਕਹਿਣ ਜੋਗੇ ਵੀ ਆਹ ਮਾੜੀ ਤੇ ਚੰਗੀ ਆ। ਤੇ ਪਾਤਸ਼ਾਹ ਨੇ ਜਦੋਂ ਨਿਮਰਤਾ ਦੇ ਬਚਨ ਸੁਣੇ, ਕਿਉਂਕਿ ਪਹਿਲਾਂ ਕਹਿ ਬੈਠੇ ਸੀ ਨਾ ਮਹਾਰਾਜ ਪੋਥੀਆਂ ਮੈਂ ਲਿਆਉਂਦਾ, ਤੇ ਫਿਰ ਵਾਪਸ ਆਉਣਾ ਪਿਆ ਸੀ, ਉਹ ਜਿਹੜੀ ਥੋੜ੍ਹੀ ਜਿਹੀ ਸੁੱਖ ਮਹੁਮੇ ਸੀ ਉਹ ਵੀ ਜਾਂਦੀ ਰਹੀ। ਮਹਾਰਾਜ ਤੁਸੀਂ ਕਿਰਪਾ ਕਰੋ, ਸੁਣ ਕੇ ਪੰਜਵੇਂ ਪਾਤਸ਼ਾਹ ਅੱਗੇ ਲੱਗ ਕੇ ਚੱਲ ਪਏ ਨੇ ਤਾਂ ਥਾਂ ਭਾਲਣ ਦੇ ਲਈ ਜਿੱਥੇ ਗੁਰਬਾਣੀ ਦੀ ਲਿਖਾਈ ਕਰਾਉਣੀ ਹੈ। ਖੋਜਨ ਥਾਨ ਬੈਠ ਬੇ ਭਲੇ, ਇਹ ਮਹਾਰਾਜ ਸਾਹਿਬ ਜੀ ਸੋਹਣੇ ਥਾਂ ਤੇ ਬੈਠ ਕੇ ਗੁਰਬਾਣੀ ਇੱਕ ਥਾਂ ਇਕੱਤਰ ਕਰਨ ਦੇ ਲਈ ਭਲੀ ਜਗ੍ਹਾ ਖੋਜਣ ਵਾਸਤੇ ਮਹਾਰਾਜ ਅੰਮ੍ਰਿਤਸਰ ਸਾਹਿਬ ਦੇ ਇਰਦ ਗਿਰਦ ਵੇਖ ਰਹੇ ਹਨ। ਸੰਗ ਚੱਲੇ ਬੁੱਢਾ ਗੁਰਦਾਸ, ਭਾਈ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਸਾਹਿਬ ਜੀ ਵੀ ਪੰਜਵੇਂ ਪਾਤਸ਼ਾਹ ਜੀ ਦੇ ਨਾਲ ਚੱਲ ਪਏ। ਕਿਤਕ ਸਿੱਖ ਜੇ ਗਿਆਨ ਨਿਵਾਸ, ਕੁਝ ਹੋਰ ਸਿੱਖ ਭਾਈ ਸਾਲੋ ਜੀ ਵਰਗੇ, ਭਾਈ ਪੈੜੇ ਜੀ ਵਰਗੇ, ਭਾਈ ਪੁਰਾਣਾ ਜੀ ਵਰਗੇ, ਜਿਨ੍ਹਾਂ ਨੂੰ ਬ੍ਰਹਮ ਦਾ ਗਿਆਨ ਆ, ਗਿਆਨ ਜਿਨ੍ਹਾਂ ਦੇ ਅੰਦਰ ਵਸਦਾ ਹੈ। ਚਲੇ ਸੁਦਾਸਰ ਤੇ ਦਿਸ਼ ਪ੍ਰਾਚੀ, ਅੰਮ੍ਰਿਤ ਸਰੋਵਰ ਤੋਂ ਮਹਾਰਾਜ ਪੂਰਬ ਵਾਲੀ ਬਾਹੀ ਨੂੰ, ਪੂਰਬ ਵਾਲੀ ਦਿਸ਼ਾ ਨੂੰ ਲੱਭਣ ਵਾਸਤੇ ਥਾਂ ਗਏ ਹਨ। ਮਤ ਉਪਕਾਰ ਵਿਖੇ ਜਿਨ ਰਾਚੀ, ਜਿਸ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਪਰ ਉਪਕਾਰ ਵਾਸਤੇ ਹੀ ਸੋਚ ਰਹੇ ਨੇ, ਜਿਨ੍ਹਾਂ ਦੀ ਮਤ ਜਿਨ੍ਹਾਂ ਦਾ ਮਤਾ ਜਿਨ੍ਹਾਂ ਦਾ ਖਿਆਲ ਹੀ ਜਗਤ ਦੇ ਭਲੇ ਦਾ ਹੈ, ਜਗਤ ਦੀ ਕਲਿਆਣ ਕਰਨ ਦਾ ਹੈ। ਇਤ ਉਤ ਫਿਰ ਕਰ ਸਥਲ ਨਿਹਾਰੇ, ਇਧਰ ਉਧਰ ਵਿਚਰ ਕੇ ਮਹਾਰਾਜ ਸਾਹਿਬ ਜੀ ਨੇ ਸੋਹਣੀ ਜਦੋਂ ਥਾਂ ਭਾਲੀ ਹੈ, ਜੈ ਤਰ ਸੰਗ ਨੇ ਤਾਂ ਪਧਾਰੇ, ਮਹਾਰਾਜ ਲੱਭਦਿਆਂ ਲੱਭਦਿਆਂ ਕਈ ਥਾਵਾਂ ਵੇਖੀਆਂ, ਕੋਈ ਮਹਾਰਾਜ ਸਾਹਿਬ ਜੀ ਨੂੰ ਥਾਂ ਬਹੁਤੀ ਪਸੰਦ ਨਹੀਂ ਆਈ। ਅੱਗੇ ਜਾਂਦਿਆਂ ਜਾਂਦਿਆਂ ਮਹਾਰਾਜ ਸਾਹਿਬ ਹੁਣ ਉਹ ਜਿਹੜਾ ਰਾਮਸਰ ਸਾਹਿਬ ਵਾਲਾ ਸਥਾਨ ਹੈ ਉਹ ਕਿਵੇਂ ਪ੍ਰਗਟ ਹੋਣਾ, ਪਾਤਸ਼ਾਹ ਜੀ ਚੱਲੇ ਤੇ ਚੱਲਦਿਆਂ ਚੱਲਦਿਆਂ ਗਰੀਬ ਨਵਾਜ ਜਦੋਂ ਵਾਹਵਾ ਸੰਘਣੇ ਦਰਖਤਾਂ ਦੇ ਵਿੱਚ ਪਹੁੰਚੇ ਹਨ। ਕਿਤਕ ਕਾਲ ਵਿਚਰਤ ਤਿਤੇ ਹੋਰਾ, ਉਸ ਪਾਸੇ ਵਿਚਰਦੇ ਰਹੇ ਮਹਾਰਾਜ, ਕਹਿੰਦੇ ਨਹੀਂ ਇਹ ਵੀ ਨੀ, ਹੋਰ ਅੱਗੇ ਹੋਰ ਅੱਗੇ ਏਦਾਂ ਕਰਦੇ ਆ। ਮੈਂ ਪਾਈ ਬੈਠਕ ਕੀ ਠੌਰਾ, ਮਹਾਰਾਜ ਨੇ ਆਪਣੇ ਬੈਠਣ ਯੋਗ ਥਾਂ ਨੀ ਪ੍ਰਾਪਤ ਕੀਤੀ, ਅਥਵਾ ਮਹਾਰਾਜ ਨੇ ਜਿੱਥੇ ਤੀਰਥ ਪ੍ਰਗਟ ਕਰਨਾ ਉਹ ਅਸਥਾਨ ਨੇੜੇ ਹਜੇ ਨਾ ਆਈ। ਚੱਲ ਦਲ ਖਰੇ ਹਰੇ ਦਿਖ ਦੂਰੇ, ਮਹਾਰਾਜ ਚੱਲਦਿਆਂ ਚੱਲਦਿਆਂ ਨੂੰ ਅੱਗੇ ਆਏ ਤੇ ਸਾਹਿਬਾਂ ਨੇ ਦੂਰੋਂ ਕੀ ਵੇਖਿਆ ਵੀ ਬੜੇ ਸੋਹਣੇ ਪਿੱਪਲ ਖਲੋਤੇ ਹਨ ਸਾਹਮਣੇ। ਗਮਨਤ ਪਹੁੰਚੇ ਸ਼੍ਰੀ ਗੁਰਪੁਰੇ, ਸ਼੍ਰੀ ਸ਼੍ਰੋਮਣੀ ਗੁਰੂ ਅਰਜਨ ਦੇਵ ਮਹਾਰਾਜ ਪੂਰਨ ਸਤਿਗੁਰੂ ਉਹਨਾਂ ਪਿੱਪਲਾਂ ਨੂੰ ਵੇਖ ਕੇ ਪਿੱਪਲਾਂ ਦੀ ਸੇਧ ਦੇ ਨੇੜੇ ਪਹੁੰਚੇ ਹਨ। ਕਪਿਤ
ਬਦਰੀ ਅਨੇਕ ਖਰੀ ਹਰੀ ਹਰੀ ਸ਼ੋਕ ਖਰੀ। ਕੈਸਾ ਰਮਣੀਕ ਅਸਥਾਨ ਹੈ, ਕੈਸੀ ਉਹ ਧਰਤੀ ਹੈ ਜਿੱਥੇ ਮਹਾਰਾਜ ਭਾਗ ਲਾ ਰਹੇ ਨੇ, ਜਿੱਥੇ ਜਗਤ ਦੀ ਕਲਿਆਣ ਵਾਸਤੇ ਬਾਣੀ ਇਕੱਤਰ ਹੋਣੀ ਹੈ, ਜਿਸ ਸਥਾਨ ਤੇ ਸੁਖਮਣੀ ਸਾਹਿਬ ਮਹਾਰਾਜ ਨੇ ਉਚਾਰੀ, ਜਿਸ ਸਥਾਨ ਤੇ ਮਹਾਰਾਜ ਸਾਹਿਬ ਨੇ ਮਹਾਨ ਤੀਰਥ ਰਾਮ ਸਰ ਸਾਹਿਬ ਪ੍ਰਗਟ ਕੀਤਾ, ਉਹ ਸਥਾਨ ਕੈਸੀ ਹੈ? ਕਹਿੰਦੀ ਬਦਰੀ ਅਨੇਕ ਖਰੀ, ਅਨੇਕ ਹੀ ਬੇਰੀਆਂ ਦੇ ਦਰਖਤ ਖਲੋਤੇ ਹਨ, ਹਰੀ ਹਰੀ ਸ਼ੋਭ ਖਰੀ। ਤੇ ਫਿਰ ਉਹ ਬੇਰੀਆਂ ਸੁੱਕੀਆਂ ਨਹੀਂ, ਹਰੀਆਂ ਭਰੀਆਂ ਨੇ, ਹਰਿਆਵਲਤਾ ਨਾਲ ਭਰੀਆਂ, ਤੇ ਜਿਨ੍ਹਾਂ ਦੀ ਬਹੁਤ ਹੀ ਖਰੀ, ਬਹੁਤ ਹੀ ਚੰਗੀ ਸੋਭਾ ਹੈ। ਕਾਮ ਕੀ ਤਪਤ ਹਰੀ ਹੇਰੀ ਏਕ ਢਾਲ ਕੀ। ਜਿਹੜੀ ਕਾਮ ਹੈ, ਜਿਹੜੀ ਤਪਸ਼ ਹੈ, ਉਹ ਤਪਸ਼ ਨੂੰ ਨਾਸ਼ ਕਰਨ ਵਾਲੀ ਹੈ। ਤੇ ਇੱਕੋ ਜਿਹੀਆਂ ਮਹਾਰਾਜ ਸਾਹਿਬ ਜੀ ਨੇ ਬੇਰੀਆਂ ਹਰੀਆਂ ਭਰੀਆਂ ਵੇਖੀਆਂ, ਵੀ ਇਹਨਾਂ ਬੇਰੀਆਂ ਦੀ ਛਾਇਆ ਬੜੀ ਸੰਘਣੀ ਹੈ, ਜਿਸ ਕਰਕੇ ਗਰਮੀ ਦੀ ਰੁੱਤ ਦੇ ਚ ਘਾਮ ਤਪਸ਼ ਨੂੰ ਮਿਟਣ ਵਾਲੀ ਹੈ ਛਾਇਆ। ਜੰਡ ਹੈ ਅਖੰਡ ਕੰਨ ਠਾਂਡੀ ਹੈ ਕਰੀ ਰਭੀਰ। ਉਹਦੇ ਲਾਗੇ ਬੇਰੀਆਂ ਦੇ ਬਹੁਤ ਸਾਰੇ ਜੰਡ ਦੇ ਦਰਖਤ ਹਨ, ਅਤੇ ਉਸ ਜੰਡ ਦੇ ਦਰਖਤ ਦੇ ਨੇੜੇ ਹੀ ਕਹਿੰਦੇ ਵੀ ਬਹੁਤ ਸਾਰੇ ਕਰੀਰ ਜਿਹੜੇ ਹਨ, ਕਰੀਰ ਦੇ ਰੁੱਖ ਵੀ ਬਹੁਤ ਹਨ। ਚੱਲ ਦਲ ਚਲਾ ਚੱਲ ਦਲ ਚਲਾ ਚੱਲ ਦਲ ਕਲ ਜਾਲ ਕੀ। ਜਿਹੜੇ ਪਿੱਪਲ ਹਨ ਤੇ ਪਿੱਪਲਾਂ ਦੇ ਜਿਹੜੇ ਪੱਤੇ ਨੇ ਚਲਾ ਚੱਲ, ਕਿਉਂਕਿ ਪਿੱਪਲ ਦਾ ਸੁਭਾਅ ਹੁੰਦਾ ਥੋੜੀ ਵੀ ਹਵਾ ਵਗੇ ਤੇ ਪੱਤੇ ਹਿਲਦੇ ਤੇ ਖੜਕਾ ਦਿੰਦੇ, ਕਿਉਂਕਿ ਸੰਘਣੇ ਦੇ ਬਹੁਤੇ ਹੁੰਦੇ ਆ। ਪਿੱਪਲ ਬੜੇ ਸੋਹਣੇ ਹਨ ਤੇ ਪਿੱਪਲ ਦੇ ਜਿਹੜੇ ਪੱਤੇ ਹਨ ਹਵਾ ਦੇ ਨਾਲ ਚਲਾ ਚੱਲ ਕਹਿੰਦੇ ਵੀ ਚੱਲਦੇ ਨੇ, ਆਪਸ ਵਿੱਚ ਖੜਕਦੇ ਹਨ। ਕੱਲ ਜਾਲ ਕੀ, ਤੇ ਬਹੁਤ ਸਾਰੀ ਕਹਿੰਦੇ ਪਿੱਪਲਾਂ ਦੇ ਚੰਚਲ ਤੇ ਸੁੰਦਰ ਸਮੂਹ ਪੱਤੇ ਹਨ। ਸੁੰਦਰ ਸੁਗਤ ਸ਼ਾਇ ਮੁਦਤ ਕਰਤ ਮਨ। ਇਹ ਪਾਤਸ਼ਾਹ ਨੇ ਬੜੀ ਸੋਹਣੀ ਛਾਂ ਵੇਖੀ ਵੀ ਹਰ ਇੱਕ ਨੂੰ ਖੁਸ਼ ਕਰਦੇ, ਮਨ ਦੇ ਵਿੱਚ ਨਵਾਂ ਚਾਅ ਉਤਸ਼ਾਹ ਭਰ ਦੇ, ਜਿਹਦੇ ਨਾਲ ਗਰਮੀ ਦੀ ਤਪਸ਼ ਮਿਟ ਜਾਂਦੀ ਹੈ। ਚਾਰੋ ਔਰ ਦੇਖੇ ਹਰਿਆਈ ਥੋੜੇ ਕਾਲ ਕੀ। ਫੇਰ ਚਾਰ ਸਫੇਰੇ ਹਰਿਆਵਲਤਾ ਹਰਿਆਵਲਤਾ ਦੇਖਦੀ ਹੈ ਵੀ ਮਨ ਨੂੰ ਨਵੀਂ ਹੋਈ ਉੱਗੀ ਹਰਿਆਵਲਤਾ ਹੋਵੇ, ਵੀ ਪਰਮੇਸ਼ਰ ਨੇ ਮਾਨੋ ਵੀ ਆਪ ਵਿਸ਼ੇਸ਼ ਤੌਰ ਤੇ ਕੁਦਰਤ ਨੂੰ ਕਹਿ ਕੇ ਤੇ ਉਹਨਾਂ ਕਿਸਾਨ ਜਿਹੜਾ ਬਹੁਤ ਹੀ ਹਰਿਆ ਭਰਿਆ ਬਣਾਇਆ ਹੋਵੇ। ਹਰਾ ਚੱਲ ਨਾੜ ਕੇ ਬਿੱਟ ਪਜੁੱਤ ਡਾਲ ਕੀ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਨੇ ਜਦੋਂ ਹਰਿਆਵਲਤਾ ਵੇਖੀ ਤੇ ਫਿਰ ਹੋਰ ਕੀ ਵੇਖਿਆ ਵੀ ਧਰਾ ਜਲ ਨਾਲ ਕੀ, ਵੀ ਧਰਤੀ ਆ ਉੱਥੇ ਉਹ ਵੀ ਪਾਣੀ ਨਾਲ ਦੀ ਭਾਵ ਵੀ ਥੋੜਾ ਜਿਹਾ ਜਲ ਵੀ ਉੱਥੇ ਠਹਿਰਿਆ ਹੋਇਆ ਹੈ, ਤੇ ਦਰਖਤਾਂ ਦੇ ਸਮੇਤ ਬਿੱਟ ਪਜੁੱਤ ਡਾਲ ਕੀ, ਤੇ ਜਿਹੜੀਆਂ ਟਹਿਣੇ ਹਨ ਦਰਖਤਾਂ ਦੇ ਬੜੇ ਲੰਮੇ ਨੇ, ਬੜਾ ਸੋਹਣਾ ਹਰਿਆ ਭਰਿਆ ਵਾਤਾਵਰਨ ਹੈ, ਤੇ ਜਲ ਦੀ ਵੀ ਸਹੂਲਤ ਹੈ, ਕਿਉਂਕਿ ਮਹਾਰਾਜ ਕਹਿੰਦੇ ਵੀ ਜਲ ਵੀ ਹੋਵੇ, ਧਰਤੀ ਵੀ ਪੱਧਰੀ ਹੋਵੇ, ਲਾਗੇ ਰੁੱਖ ਵੀ ਹੋਣ, ਹੁਣ ਇਹ ਤਿੰਨੇ ਚੀਜ਼ਾਂ ਰਲ ਗਈਆਂ। ਕਿਰਪਾਲ ਕੀ ਪਰਮੁੱਦਤ ਵਿਸਾਲ ਕੀ। ਕਿਰਪਾਲੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੇ ਉਹ ਧਰਤੀ ਪਸੰਦ ਆ ਗਈ, ਮਹਾਰਾਜ ਸਾਹਿਬ ਜੀ ਬੜੇ ਆਨੰਦ ਦੇ ਸਹਿਤ ਹੋਏ, ਕਹਿਣ ਲੱਗੇ ਭਾਈ ਗੁਰਦਾਸ ਜੀ ਆਹ ਧਰਤੀ ਸਾਡੇ ਪਸੰਦ ਹੈ, ਇਹ ਬੜੇ ਆਨੰਦ ਦੇ ਦੇਣ ਵਾਲੀ ਹੈ। ਸਵਈਆ ਸ਼੍ਰੀ ਗੁਰ ਦੇਖ ਕਹਿਓ ਗੁਰਦਾਸ ਕੋ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੇ ਰਮਣੀਕ ਅਸਥਾਨ ਵੇਖ ਕੇ ਤੇ ਭਾਈ ਗੁਰਦਾਸ ਸਾਹਿਬ ਜੀ ਨੂੰ ਕਿਹਾ ਪੰਚ ਬਟੀ ਸਮਥਾਨ ਨਿਹਾਰਾ। ਮਹਾਰਾਜ ਕਹਿੰਦੇ ਭਾਈ ਗੁਰਦਾਸ ਜੀ ਆਹ ਪੰਚ ਬਟੀ ਵਰਗਾ ਹੀ ਅਸਥਾਨ ਕਹਿੰਦੇ ਵੀ ਅਸੀਂ ਵੇਖਿਆ ਹੈ,
ਪੰਚਵਟੀ ਜਿੱਥੇ ਰਾਮ ਚੰਦਰ ਜੀ ਆਏ ਸਨ, ਅਥਵਾ ਪੰਚਵਟੀ ਤੋਂ ਭਾਵ ਹੈ ਵੀ ਜਿੱਥੇ ਪੰਜ ਤਰ੍ਹਾਂ ਦੇ ਵੱਖੋ ਵੱਖਰੇ ਤਰ੍ਹਾਂ ਦੇ ਜਿਸ ਬਾਗ ਦੇ ਬਗੀਚੇ ਦੇ ਵਿੱਚ ਫੁੱਲ ਲੱਗੇ ਹੋਣ ਜਾਂ ਬੂਟੇ ਲੱਗੇ ਹੋਣ। ਹੁਣ ਇੱਥੇ ਪਿੱਪਲ ਵੀ ਹੈ, ਬੇਰੀਆਂ ਵੀ ਨੇ, ਫਿਰ ਕਰੀਰ ਵੀ ਹੈ, ਜੰਡ ਵੀ ਹੈ, ਨਾਲ ਥੋੜ੍ਹਾ ਸੋਹਣਾ ਜਲ ਵੀ ਹੈ, ਧਰਤੀ ਵੀ ਪੱਧਰੀ ਹੈ ਵਿੱਚ। ਅਤੇ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਇਹਦੇ ਪੰਚਵਟੀ ਵਰਗੀ ਜਾਂ ਉਹ ਤੋਂ ਵੀ ਮਹਾਨ ਏਕਾਂਤ ਵਰਗੀ ਜਗ੍ਹਾ ਹੈ। ਬੀਚ ਧਰਾ ਇੱਕ ਸਾਰ ਜਹਾਂ। ਤੇ ਦੇਖੋ ਪਾਤਸ਼ਾਹ ਕਹਿੰਦੇ ਵੀ ਇਹ ਆਲੇ ਦੁਆਲੇ ਸੰਘਣੇ ਦਰਖਤ ਨੇ, ਤੇ ਇਹਨਾਂ ਦਰਖਤਾਂ ਦੇ ਵਿੱਚ ਥੋੜ੍ਹੀ ਜਿਹੀ ਧਰਤੀ ਇੱਕ ਸਾਰ ਪੱਧਰੀ ਹੈ, ਕੋਈ ਉੱਚਾ ਨੀਵਾਂ ਇੱਥੇ ਟੋਇਆ ਟਿੱਬਾ ਵੀ ਨਹੀਂ ਹੈ। ਬੈਠਣ ਚਾਹਤ ਚਿੱਤ ਹਮਾਰਾ। ਇਹ ਜਿਹੜੀ ਇਹਨਾਂ ਦਰਖਤਾਂ ਦੀ ਘਿਰੀ ਹੋਈ ਸੋਹਣੀ ਥਾਂ ਹੈ, ਇੱਥੇ ਮਹਾਰਾਜ ਕਹਿੰਦੇ ਵੀ ਬਾਣੀ ਲਿਖਣ ਨੂੰ, ਬਹਿਣ ਨੂੰ, ਸਾਡਾ ਬਰਾਜਣ ਨੂੰ ਚਿੱਤ ਕਰਦਾ ਏ। ਤੰਬੂ ਕਨਾਤ ਇਹਾਂ ਲਗਵਾਓ। ਵਾਹਿਗੁਰੂ ਦਾਸ ਸਾਹਿਬ ਜੀ ਇੱਥੇ ਤੰਬੂ ਲਾ ਦਿਓ, ਇੱਥੇ ਕਨਾਤਾਂ ਲਾ ਦਿਓ, ਇੱਥੇ ਸਾਡਾ ਆਸਣ ਹੋਵੇ, ਇੱਥੇ ਤੁਹਾਡਾ ਆਸਣ ਹੋਵੇ। ਭਾਖ ਮੰਗਾਵੋ ਦਾਸ ਹਕਾਰਾ। ਸੇਵਕ ਮਹਾਰਾਜ ਨੇ ਆਪਣੇ ਕੋਲ ਸੱਦੇ, ਕਹਿੰਦੇ ਦਾਸਾਂ ਨੂੰ ਸੱਦ ਕੇ ਜੋ ਚਾਹੀਦਾ ਹੈ ਸਾਰੀ ਤਿਆਰੀ ਕਰਨ ਵਾਸਤੇ ਇਹਨਾਂ ਨੂੰ ਕਹਿ ਕਹਿ ਕੇ ਮੰਗਾ ਲਵੋ। ਹੈ ਸੁਖਵੰਤ ਇਕੰਤ ਮਹਾ। ਕਿਉਂਕਿ ਬੜਾ ਸੁਖ ਦੇ ਦੇਣ ਵਾਲਾ ਤੇ ਇਕਾਂਤ ਅਸਥਾਨ ਹੈ ਇਹ। ਚਉ ਔਰ ਖਰੇ ਤਰ ਚਾਰ ਹਜ਼ਾਰਾ। ਫਿਰ ਚਾਰ ਸਵੇਰੇ ਮਹਾਰਾਜ ਕਹਿੰਦੇ ਭਾਈ ਗੁਰਦਾਸ ਸਾਹਿਬ ਜੀ ਵੇਖੋ ਵੀ ਕਿੰਨੇ ਸੋਹਣੇ ਹਜ਼ਾਰਾਂ ਦੀ ਗਿਣਤੀ, ਦੂਰ ਦੂਰ ਤੀਕਰ ਵੀ ਰੁੱਖ ਹੀ ਰੁੱਖ ਖਲੋਤੇ ਹਨ। ਜੋ ਸੁਣ ਕੇ ਗੁਰਦਾਸ ਭਨਿਓ। ਇਹਦਾ ਸੁਣ ਕੇ ਭਵੇਂ ਪਾਤਸ਼ਾਹ ਦੇ ਕੋਲੋਂ ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ, ਸੋਈ ਥਾਨ ਭਲੋ ਜੈ ਆਪ ਕੋ ਭਾਵੈ। ਇਹਦੇ ਮਹਾਰਾਜ ਉਹੀ ਥਾਂ ਭਲਾ ਹੈ ਜਿਹੜਾ ਤੁਹਾਨੂੰ ਭਾ ਜਾਵੇ, ਤੇ ਜੇ ਤੁਹਾਨੂੰ ਭਾ ਗਿਆ ਹੈ ਤਾਂ ਇਹ ਮਹਾਰਾਜ ਸਥਾਨ ਜ਼ਰੂਰੀ ਭਲਾ, ਇਹ ਜ਼ਰੂਰੀ ਚੰਗਾ ਹੈ। ਮੋਹ ਮਨ ਪੀ ਹਰ ਖਾਵਤ ਹੈ। ਮਹਾਰਾਜ ਮੇਰਾ ਮਨ ਵੀ ਇਹ ਧਰਤੀ ਨੂੰ ਵੇਖ ਕੇ ਖੁਸ਼ ਹੋ ਗਿਆ, ਕਿਉਂਕਿ ਜਿਹੜਾ ਗੁਰੂ ਨੂੰ ਚੰਗਾ ਲੱਗਾ ਸਿੱਖ ਨੂੰ ਆਪੇ ਚੰਗਾ ਲੱਗਣਾ ਚਾਹੀਦਾ। ਜਲ ਹੈ ਥਲ ਨੀਵੇ ਸੁਭੂਮ ਸੁਹਾਵੈ। ਮਹਾਰਾਜ ਚਾਰ ਸਵੇਰੇ ਸੰਘਣੇ ਦਰਖਤ ਨੇ, ਪਿੱਪਲ ਨੇ, ਕਿੱਕਰਾਂ ਹਨ, ਬੇਰੀਆਂ ਹਨ, ਕਰੀਰ ਹੈ, ਜੰਡ ਹੈ, ਤੇ ਫਿਰ ਜਲ ਹੈ, ਸਰ ਨੀਵੇਂ ਸੁਭੂਮ ਸੁਹਾਵੈ। ਮਹਾਰਾਜ ਧਰਤੀ ਵੀ ਬੜੀ ਸੋਹਣੀ ਪੱਧਰੀ ਹੈ, ਤੇਰੇ ਵਿੱਚ ਹੀ ਨੀਵੇਂ ਥਾਂ ਤੇ ਜਲ ਭਰਿਆ ਹੋਇਆ ਬੜਾ ਫੱਬ ਰਿਹਾ ਏ। ਪੰਚ ਵਟੀ ਸਮੇਂ ਆਪ ਕਹੋ। ਬਾਕੀ ਮਹਾਰਾਜ ਤੁਸੀਂ ਤਾਂ ਇਹ ਧਰਤੀ ਨੂੰ ਆਪ ਪੰਚ ਵਟੀ ਅਲਗਾ ਕਿਹਾ ਹੈ। ਅਤ ਹੋਏ ਮਹਾਤਮ ਜੋ ਦਰਸਾਵੈ। ਮਹਾਰਾਜ ਸਾਨੂੰ ਆਪ ਦੇ ਬਚਨ ਸੁਣ ਕੇ ਲੱਗਦਾ ਏ ਵੀ ਇਸ ਅਸਥਾਨ ਦਾ ਤਾਂ ਬੇਅੰਤੀ ਮਹਾਤਮ ਹੋਵੇਗਾ, ਜਿਹੜਾ ਵੀ ਦਰਸ਼ਨ ਕਰੇਗਾ ਉਹੀ ਨਿਹਾਲ ਹੋ ਜਾਵੇਗਾ। ਜੋ ਕਹਿ ਤੰਬੂ ਕਨਾਤਮ ਗਾਏ। ਏਦਾਂ ਮਹਾਰਾਜ ਪਰੇ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਨੂੰ ਸੇਵਾ ਲਾਤੀ, ਤੇ ਭਾਈ ਸਾਹਿਬ ਨੇ ਦਾਸਾਂ ਨੂੰ ਕਹਿ ਕੇ ਤੇ ਤੰਬੂ ਤੇ ਕਨਾਤਾਂ ਮੰਗਵਾਈਆਂ ਹਨ। ਲਗਾਏ ਭੇਦ ਕੋ ਆਪ ਬਤਾਵੈ। ਲਗਾਵਤ ਭੇਦ ਕੋ ਆਪ ਬਤਾਵੈ, ਤੇ ਪਰੇ ਪਾਤਸ਼ਾਹ ਨੇ ਆਪ ਸਾਰਾ ਭੇਦ ਦੱਸਿਆ ਕਿ ਕਿੱਥੇ ਕਨਾਤਾਂ ਤਾਨਣੀਆਂ ਨੇ,
ਕਿੱਥੇ ਤੰਬੂ ਲਾਉਣੇ ਹਨ, ਕਿੱਥੇ ਗੁਰਬਾਣੀ ਲਿਖਣ ਵਾਸਤੇ ਤਿਆਰੀ ਕਰਨੀ ਹੈ, ਕਿੱਥੇ ਭਾਈ ਗੁਰਦਾਸ ਜੀ ਦਾ ਆਸਣ ਹੋਵੇ। ਸ੍ਰੀ ਗੁਰ ਫੇਰ ਕਹਿਓ ਹਮ ਜਾਤ। ਮਹਾਰਾਜ ਪੰਜੇ ਪਾਤਸ਼ਾਹ ਕਹਿੰਦੇ ਚੰਗਾ ਭਾਈ ਗੁਰਦਾਸ ਜੀ, ਅਸੀਂ ਹੁਣ ਚੱਲਦੇ ਹਾਂ ਆਪਣੇ ਆਸਣ ਤੇ। ਸਵਾਰ ਸਥਾਨ ਤਿਆਰ ਕਰੋ। ਇਹ ਸਥਾਨ ਨੂੰ ਸਵਾਰ ਕੇ ਚੰਗੀ ਤਰ੍ਹਾਂ ਸਫਾਈ ਕਰਕੇ ਤੇ ਬਹਿਣ ਯੋਗ ਬਾਣੀ ਲਿਖਣ ਯੋਗ ਤਿਆਰ ਕਰ ਲਵੋ। ਜਾਵਦ ਫੇਰ ਸੋ ਆਵੇ ਇਹਾਂ। ਤੇ ਜਾਵਦ ਫੇਰ ਸੋ ਆਵੇ ਇਹਾਂ, ਕਹਿੰਦੇ ਜਿੰਨੇ ਚਿਰ ਨੂੰ ਅਸੀਂ ਫੇਰ ਮੁੜ ਕੇ ਇਸ ਥਾਂ ਤੇ ਆਈਏ। ਤਬ ਲੋ ਕਰ ਤੰਬੂ ਕਨਾਤ ਕਰੋ। ਉਹਨੇ ਚਿਰ ਤੀਕਰ ਜੇ ਤੰਬੂ ਵੀ ਲਾ ਦੋ, ਕਨਾਤਾਂ ਵੀ ਤਾਣ ਕੇ ਤੇ ਸਾਰੀ ਸਫਾਈ ਕਰਕੇ ਵਿਛਾਈ ਕਰ ਦਿਓ। ਦੇ ਨਿਰਦੇਸ਼ ਅਸ਼ੇਸ਼ ਦਿਸੇ। ਇੰਦਰਾ ਭਾਈ ਗੁਰਦਾਸ ਜੀ ਨੂੰ ਆਗਿਆ ਦੇ ਕੇ ਸਾਰੀ ਤਿਆਰੀ ਦੀ। ਤਬ ਆਪ ਹਟੇ ਚੱਲ ਆਏ ਘਰੋ। ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਆਪ ਹਟ ਕੇ ਤੇ ਆਪਣੇ ਮਹਿਲਾਂ ਨੂੰ, ਗੁਰੂ ਕੇ ਮਹਿਲ ਵਾਲੇ ਸਥਾਨਾਂ ਨੂੰ ਆ ਗਏ। ਦੇਤ ਸਦਾ ਨਿਜ ਸਿੱਖਣ ਕੋ। ਜੋ ਮਹਾਰਾਜ ਸਦਾ ਹੀ ਆਪਣੇ ਸਿੱਖਾਂ ਨੂੰ ਸੁੱਖ ਦਿੰਦੇ ਹਨ। ਦੇਵ ਗੁਰੂ ਨਿਤ ਧਿਆਨ ਧਰੋ। ਜੋ ਦੇਵਾਂ ਦੇ ਦੇਵ ਹਨ ਗੁਰੂ ਸਾਹਿਬ ਜੀ, ਨੇਤੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਗੁਰਸਿੱਖੋ, ਐਸੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦਾ ਧਿਆਨ ਧਰੋ। ਸੁਖਦੇਵ ਨੇ ਸੁਖਾਂ ਦੇ ਦਾਤੇ ਹਨ ਮਹਾਰਾਜ। ਦੋਹਰਾ ਤਬ ਭਾਈ ਗੁਰਦਾਸ ਨੇ। ਪਹਿਲੇ ਪਾਤਸ਼ਾਹ ਜਦੋਂ ਆਗਿਆ ਦੇ ਕੇ ਆਏ ਤੇ ਫਿਰ ਮਗਰੋਂ ਭਾਈ ਗੁਰਦਾਸ ਜੀ ਨੇ ਦਾਸ ਬੁਲਾਏ ਪਾਸ। ਸਾਰੇ ਦਾਸਾਂ ਨੂੰ, ਸਿੱਖ ਸੇਵਕਾਂ ਨੂੰ ਆਪਣੇ ਪਾਸ ਸੱਦਿਆ ਏ। ਸ੍ਰੀ ਗੁਰ ਕੀ ਆਇਸ ਕਹੀ। ਜੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਆਗਿਆ ਸੀ, ਉਹ ਸੇਵਕਾਂ ਨੂੰ ਕਹਿ ਕੇ ਸੁਣਾਈ ਹੈ। ਸੁਣਤ ਹੁਲਾਸ ਪ੍ਰਕਾਸ਼। ਇਹ ਸੁਣ ਕੇ ਤੇ ਸਿੱਖਾਂ ਨੂੰ ਬੜਾ ਚਾਅ ਚੜ ਗਿਆ। ਕਹਿੰਦੇ ਵੀ ਸਾਡੇ ਵੱਡੇ ਭਾਗ ਸੇਵਾ ਕਰਨ ਦਾ ਸੁਭਾਗ ਮਿਲ ਰਿਹਾ ਹੈ। ਜਦੋਂ ਭਾਈ ਗੁਰਦਾਸ ਜੀ ਨੇ ਕਿਹਾ ਵੀ ਮਹਾਰਾਜ ਗੁਰਬਾਣੀ ਲਿਖਣ ਵਾਸਤੇ ਆ ਥਾਂ ਪ੍ਰਸਿੱਧ ਕਰਕੇ ਗਏ ਆ ਤੇ ਆਪਾਂ ਇਹਨੂੰ ਸਵਾਰਨਾ ਤਿਆਰ ਕਰਨਾ, ਤਾਂ ਇਹ ਸੁਣ ਕੇ ਗੁਰਸਿੱਖਾਂ ਦੇ ਵਿੱਚ ਬੜਾ ਚਾਅ ਉਤਸ਼ਾਹ ਹੁਲਾਸ ਵੱਧ ਗਿਆ ਸੇਵਾ ਕਰਨ ਦੇ ਲਈ। ਚਾਓ ਪਏ ਮਿਲ ਬ੍ਰਿੰਦਨ ਸਮ ਕੀਨ ਸਿਵਨੀ। ਬਹੁਤੇ ਗੁਰਸਿੱਖਾਂ ਨੇ ਮਿਲ ਕੇ ਜਿੱਥੇ ਥੋੜੀ ਬਹੁਤ ਕੋਈ ਉੱਚੀ ਨੀਵੀਂ ਧਰਤੀ ਹੋਊਗੀ ਉਹਨੂੰ ਵੀ ਪੱਧਰਿਆਂ ਕਰ ਦਿੱਤਾ। ਚਾਹੋ ਦਿਸ਼ ਹਰਿਆਵਲ ਥਿਤ ਰਮਣੀ। ਜਿਹੜੀ ਧਰਤੀ ਚਾਰ ਸਫੇਰਿਓ ਹਰਿਆਵਲਤਾ ਦੇ ਸਹਿਤ ਸੋਹਣੀ ਹੈ। ਡੋਰਨ ਤਾਨ ਖਰੋ ਕੀ ਤੰਬੂ। ਉਸ ਵੇਲੇ ਡੋਰਾਂ ਤਾਣ ਕੇ ਭਾਵ ਰੱਸੀਆਂ ਬੰਨ ਕੇ ਤੇ ਤੰਬੂ ਖੜਾ ਕਰ ਦਿੱਤਾ। ਨਮਰ ਸਥਾਨ ਨਿਕਟ ਕਸ਼ ਅੰਬੂ। ਜਿੱਥੇ ਕੋਈ ਥੋੜਾ ਜਿਹਾ ਨੀਵਾਂ ਸਥਾਨ ਸੀ ਨਾ, ਜਿੱਥੇ ਜਲ ਸੀ, ਉਹ ਜਲ ਵਾਲੇ ਥਾਂ ਦੇ ਬਿਲਕੁਲ ਨੇੜੇ ਦੇ ਕਰਕੇ ਤੇ ਥੋੜੇ ਜਿਹੇ ਨੀਵੇਂ ਥਾਂ ਤੇ ਤੰਬੂ ਲਾਇਆ ਹੈ। ਕਰਕ ਨਾਤ ਠਾਡੀ ਤਹ ਗਾਡੀ। ਫਿਰ ਉਹਦੇ ਨੇੜੇ ਜਿੱਥੇ ਤੰਬੂ ਲਾਇਆ ਤੇ ਪਰੇ ਤਗੜੀਆਂ, ਕਹਿੰਦੇ ਵੀ ਗੰਢਾ ਮਾਰ ਕੇ ਤਗੜਾ ਜਕੜਬੰਦ ਮਾਰ ਕੇ ਤੇ ਕਨਾਤਾਂ ਵੀ ਤਾਣ ਦਿੱਤੀਆਂ ਹਨ। ਚਾਉ ਕੋਦ ਸੁੰਦਰ ਦੁੱਤ ਬਾਡੀ। ਚਾਰ ਸਵੇਰੇ ਚੌਵੇਂ ਕੋਨਿਆਂ ਤੋਂ ਬੜੀ ਸੁੰਦਰਤਾ ਬੜੀ ਸ਼ੋਭਾ ਹੀ ਵੱਧ ਰਹੀ ਹੈ। ਜਲ ਕੋ ਬਹੁ ਛਿਰਕਾਵ ਕਰਾਵਾ। ਫਿਰ ਉਹ ਘੱਟਾ ਮਿੱਟੀ ਨਾ ਉੱਡੇ, ਤੰਬੂ ਦੇ ਵਿੱਚ ਜਿੱਥੇ ਕਨਾਤਾਂ ਤਾਣੀਆਂ ਨੇ ਉੱਥੇ ਜਲ ਦਾ ਛਿੜਕਾਓ ਕੀਤਾ। ਗੁਲਾਬ ਬੂੰਦਨ ਬਰਸਾਵਾ। ਇਹਨੂੰ ਜਲ ਦਾ ਛਿੜਕਾਓ ਕੀਤਾ, ਹੁਣ ਗੁਰਬਾਣੀ ਦੀ ਲਿਖਤ ਹੋਣੀ ਹੈ ਤੇ ਵਾਤਾਵਰਨ ਦੇ ਵਿੱਚੋਂ ਸੁਗੰਧੀ ਵੀ ਆਵੇ। ਤੇ ਭਾਈ ਗੁਰਦਾਸ ਸਾਹਿਬ ਜੀ ਨੇ ਗੁਰਸਿੱਖਾਂ ਨੂੰ ਕਹਿ ਕੇ ਗੁਲਾਬ ਦਾ ਪਾਣੀ
ਅਤਰੇ ਆਦਿਕ ਲੈ ਕੇ ਉਹਦੀਆਂ ਬੂੰਦਾਂ ਵਰਸਾਈਆਂ ਹਨ। ਜਹੋਂ ਦਿਸ਼ ਚੰਦਨ ਚਰਚਿਓ ਚਾਰੂ, ਫਿਰ ਚਾਰ ਸਵੇਰੇ ਤੰਬੂ ਦੇ ਜਿੱਥੇ ਕਲਾਤਾਂ ਤਾਣੀਆਂ ਉੱਚੇ ਬੜਾ ਸੋਹਣਾ ਚੰਦਨ ਆਦਿਕ ਇੱਕ ਸਾਗੇ ਦਾ ਵੀ ਛਿੜਕਾਉ ਕੀਤਾ, ਅਰਚਨ ਕੀਤਾ। ਬਹੁ ਖੁਸ਼ਬੋਏ ਉੱਠਤ ਮਹਿਕਾਰੂ, ਇਹ ਤਾਂ ਬਹੁਤ ਖੁਸ਼ਬੂਆਂ ਦੀ ਕਹਿੰਦੇ ਵੀ ਮਹਿਕਾਰ ਉੱਠ ਰਹੀ ਹੈ। ਜਿੱਥੇ ਮਹਾਰਾਜ ਨੇ ਗੁਰਬਾਣੀ ਲਿਖਣ ਦੀ ਪ੍ਰਾਰੰਭਤਾ ਕਰਨੀ ਉਸ ਸਥਾਨ ਨੂੰ ਸਵਾਰ ਬਣਾ ਕੇ ਤੇ ਇਸ ਤਰ੍ਹਾਂ ਕਹਿੰਦੇ ਵਾਤਾਵਰਨ ਸੁਗੰਧੀਦਾਰ ਕਰ ਦਿੱਤਾ ਵੀ ਸੁਗੰਧੀ ਦੀਆਂ ਮਹਿਕਾਂ ਆਉਂਦੀਆਂ ਹਨ, ਚੰਦਨ ਦੀਆਂ, ਗੁਲਾਬ ਦੀਆਂ। ਨਾਨ ਬਾਗ ਤੇ ਸੁੰਦਰ ਬੂਟੇ, ਤੇ ਫਿਰ ਜਿੱਥੇ ਗੁਰੂ ਕਾ ਬਾਗ ਸਥਾਨ ਹੈ ਨਾ, ਮੰਜੀ ਸਾਹਿਬ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਉਹ ਗੁਰੂ ਕਾ ਬਾਗ ਸਥਾਨ ਹੈ, ਉਥੋਂ ਬਾਗ ਦੇ ਵਿੱਚੋਂ ਸੋਹਣੇ ਫੁੱਲਾਂ ਦੇ ਵੀ ਬੂਟੇ ਮੰਗਵਾਏ ਹਨ। ਕਰੇ ਲਗਾਵਨ ਸੁਮਨਸ ਜੂਟੇ, ਤੇ ਬੜੇ ਸੋਹਣੇ ਕਹਿੰਦੇ ਫੁੱਲਾਂ ਦੇ ਨਾਲ ਜੁੜੇ ਹੋਏ, ਕਿਉਂਕਿ ਫੁੱਲ ਪਹਿਲਾਂ ਹੀ ਲੱਗੇ ਸੀ ਤੇ ਵੱਡੀ ਗਾਜੀ ਭਰ ਕੇ ਮਿੱਟੀ ਦੇ ਸਮੇਤ ਹੀ ਗੁਰੂ ਕੇ ਬਾਗ ਵਿੱਚੋਂ ਪੁੱਟ ਕੇ ਲਿਆ ਕੇ ਤੇ ਬਾਣੀ ਦੀ ਇੱਥੇ ਰਚਨਾ ਕਰਨੀ ਹੈ। ਉਹਦੇ ਨੇੜੇ ਨੇੜੇ ਫੁੱਲਾਂ ਦੇ ਬਗੀਚੇ ਵੀ ਲਵਾ ਦਿੱਤੇ। ਵਰਨ ਵਰਨ ਕੇ ਫੁੱਲ ਪ੍ਰਫੁੱਲਤ, ਵਰਨ ਵਰਨ ਕਈ ਰੰਗਾਂ ਰੰਗਾਂ ਦੇ ਵੱਖੋ ਵੱਖਰੇ ਫੁੱਲ ਲੱਗੇ ਹੋਏ ਨੇ ਜਿਨ੍ਹਾਂ ਬੂਟਿਆਂ ਦੇ ਨਾਲ। ਬਾਜੂ ਬਹਿਤ ਸ਼ਾਖਾ ਜਨ ਝੁੱਲਤ, ਹਵਾ ਵਗਦੀ ਹੈ ਮੱਠੀ ਮੱਠੀ ਤੇ ਜਿਨ੍ਹਾਂ ਦੀਆਂ ਟਹਿਣੀਆਂ ਵੀ ਹਿਲਦੀਆਂ ਨੇ ਤੇ ਪੱਤਿਆਂ ਦੇ ਹਿੱਲਣ ਦੇ ਨਾਲ ਫੁੱਲ ਹਿਲਦੇ ਹੈ, ਵਿੱਚੋਂ ਮਹਿਕ ਉੱਠਦੀ ਹੈ। ਸਕਲ ਸਥਲ ਤੇ ਰੇੜ ਦਬਾਏ, ਜਿੰਨਾ ਵੀ ਥਾਂ ਮਹਾਰਾਜ ਕਹਿ ਕੇ ਗਏ ਸੀ ਉੱਥੇ ਧੂੜ ਮਿੱਟੀ ਪਾਣੀ ਤਲੋਂ ਕੇ ਸਾਰੀ ਦੱਬ ਦਿੱਤੀ ਹੈ ਵੀ ਕੋਈ ਘੱਟਾ ਮਿੱਟੀ ਨਾ ਉੱਡੇ ਹੁਣ। ਕੰਟਕ ਸ਼ੁਸ਼ਕ ਸੋ ਤ੍ਰਿਣ ਹਟਾਏ, ਜਿਹੜੇ ਕੰਡੇ ਖਿਲਰੇ ਹੋਏ ਸਨ ਤੇ ਫਿਰ ਸੁੱਕਾ ਘਾਹ ਆਦਿਕ ਟਹਿਣੀਆਂ ਮੋੜੀਆਂ ਕਈ ਕੁੱਝ ਜੰਗਲ ਦਾ ਇਲਾਕਾ ਸੀ ਟੁੱਟ ਕੇ ਡਿੱਗਾ, ਉਹ ਸਾਰਾ ਸਾਫ਼ ਕਰ ਦਿੱਤਾ, ਸਾਰਾ ਲਾਂਭੇ ਕਰ ਦਿੱਤਾ। ਥਲਕ ਨਾਥ ਅੰਤਰ ਪਰ ਜੇਤਾ, ਤੇ ਫਿਰ ਜਿੰਨਾ ਵੀ ਕਨਾਤ ਦੇ ਅੰਦਰ ਸ੍ਰੇਸ਼ਟ ਥਾਂ ਸੀ, ਛਾਇਓ ਰੁਚਰ ਫਰਸ਼ ਤੇ ਤੇਤਾ, ਉੱਥੇ ਸੋਹਣੇ ਗਲੀਚੇ ਫਰਸ਼ ਦੇ ਤੌਰ ਤੇ ਵਿਛਾ ਦਿੱਤੇ ਹਨ। ਤੰਬੂ ਕੇ ਅੰਤਰ ਚੰਦੋਵਾ, ਤੇ ਜਿੱਥੇ ਤੰਬੂ ਲਾਇਆ ਸੀ ਗੁਰਬਾਣੀ ਦੀ ਜਿੱਥੇ ਰਚਨਾ ਹੋਣੀ, ਮਹਾਰਾਜ ਪੰਜਵੇਂ ਪਾਤਸ਼ਾਹ ਨੇ ਜਿੱਥੇ ਬਰਾਜਣਾ ਹੈ ਉਹਦੇ ਅੰਦਰ ਬੜਾ ਸੋਹਣਾ ਚੰਦੋਵਾ ਸਾਹਿਬ ਲਾਇਆ, ਮਰਿਆਦਾ ਦਾ ਭਾਈ ਗੁਰਦਾਸ ਜੀ ਨੇ ਪੂਰਾ ਧਿਆਨ ਰੱਖਿਆ ਏ। ਝਾਲਰਦਾਰ ਝਲਕ ਤੋਂ ਹੋਵਾ, ਜਿਹੜਾ ਚੰਦੋਆ ਝਾਲਰਦਾਰ ਹੈ ਭਾਵ ਹੇਠਾਂ ਨੂੰ ਝਾਲਰਾਂ ਚਮਕ ਲਮਕਦੀਆਂ ਨੇ ਤੇ ਬੜਾ ਝਿਲਮਿਲ ਝਿਲਮਿਲ ਪ੍ਰਕਾਸ਼ ਹੁੰਦਾ ਏ। ਰੇਸ਼ਮ ਡੋਰ ਬੰਦ ਕਰ ਤਾਨਾ, ਰੇਸ਼ਮ ਦੀਆਂ ਡੋਰਾਂ ਬੰਨ ਕੇ ਤੇ ਤੰਬੂ ਦੇ ਵਿੱਚ ਚੰਦੋਆ ਸਾਹਿਬ ਤਾਣ ਦਿੱਤਾ, ਕੱਸ ਕੇ ਬੰਨ ਦਿੱਤਾ। ਜਰੀ ਚਿੱਤਰ ਚਿੱਤਰ ਤਜੇ ਨਾਨਾ, ਜਿਨ੍ਹਾਂ ਦੇ ਉੱਤੇ ਜਰੀ ਦਾ ਕੰਮ ਕੀਤਾ ਹੈ ਤੇ ਫਿਰ ਜਰੀ ਦੇ ਨਾਲ ਕਈ ਤਰ੍ਹਾਂ ਦੇ ਚਿੱਤਰ ਚਿੱਤਰੇ ਹੋਏ ਹਨ। ਰੰਗਦਾਰ ਅੰਬਰ ਲੈ ਔਰ, ਇਹੋ ਜਿਹੇ ਚਿੱਤਰ ਵਾਹੇ ਹੋਏ ਰੰਗਦਾਰ ਹੋਰ ਕੁਝ ਬਸਤਰ ਲੈ ਕੇ, ਤੰਬੂ ਕੇ ਅੰਦਰ ਚਹੋਰ, ਤੰਬੂ ਦੇ ਵਿੱਚ ਚੌਵੇਂ ਪਾਸੇ ਉਹੀ ਭਾਈ ਗੁਰਦਾਸ ਸਾਹਿਬ ਜੀ ਨੇ ਲਵਾਏ, ਤੰਬੂ ਤਾਂ ਲਾਇਆ ਹੀ ਲਾਇਆ, ਚੰਦੋਆ ਸਾਹਿਬ ਤਾਣ ਕੇ ਤੇ ਹੋਰ ਰੰਗਦਾਰ ਬਸਤਰ ਜਿਨ੍ਹਾਂ ਦੇ ਉੱਤੇ ਜਰੀ ਦਾ ਸੋਨੇ ਦਾ ਕੰਮ ਹੋਇਆ ਵੀ ਮਹਾਰਾਜ ਦੇ ਦਰਬਾਰ ਦੀ ਸੋਭਾ ਆਭਾ ਹੋਰ ਹੋਵੇ, ਜਿੱਥੇ ਜੁਗੋ ਜੁਗਾ ਅਕਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਭੀੜ ਰਚੀ ਜਾਣੀ ਹੈ ਉਹ ਥਾਂ ਸੋਹਣੀ ਹੋਵੇ,
ਭਾਈ ਗੁਰਦਾਸ ਸਾਹਿਬ ਜੀ ਨੇ ਤੰਬੂ ਦੇ ਵਿੱਚ ਵੀ ਹੋਰ ਰੰਗ ਦੇ ਵਸਤਰ ਲਵਾ ਦਿੱਤੇ, ਗੋਲ ਸਰਲ ਸੁੰਦਰ ਸ਼ੁਭ ਰੰਗ, ਇਸ ਤਰ੍ਹਾਂ ਬੜਾ ਗੋਲ ਤੇ ਸਰਲ ਸਿੱਧਾ ਤੇ ਬੜੇ ਸੋਹਣੇ ਰੰਗ ਦਾ। ਖਰੀ ਖਰੀ ਦਵੈ ਚੋਬੇ ਤੰਗ, ਇਹ ਤਾਂ ਉੱਚੀਆਂ ਜਿਹੜੀਆਂ ਦੋ ਚੋਬਾਂ ਹਨ ਕਹਿੰਦੇ ਬੜੀਆਂ ਸੋਹਣੀਆਂ ਜਿਹੜੀਆਂ ਨੇ ਉਹ ਖੜੀਆਂ ਕੀਤੀਆਂ ਚੰਗੀਆਂ ਵਧੀਆ ਢੰਗ ਦੇ ਨਾਲ, ਵੀ ਜਦੋਂ ਮੀਂਹ ਆਦਿ ਕੋਈ ਆਵੇ ਤਰੇਲ ਪਵੇ ਤੇ ਪਾਣੀ ਵਿੱਚ ਨਾ ਰੁਕਿਆ ਰਵੇ, ਉਹਦੇ ਵਾਸਤੇ ਚੋਬਾਂ ਲਾਉਂਦੇ ਨੇ ਤੇ ਕਹਿੰਦੇ ਦੋ ਬਹੁਤ ਸੋਹਣੇ ਰੰਗ ਦੀਆਂ ਬਹੁਤ ਸੋਹਣੀਆਂ ਉੱਚੀਆਂ ਜਿਹੜੀਆਂ ਚੋਬਾਂ ਹਨ ਉਹ ਤੰਬੂ ਦੇ ਵਿੱਚ ਲਾਈਆਂ ਨੇ। ਉੱਪਰ ਕਲਸ ਸੁਨਹਿਰੀ ਸ਼ੋਭਾ, ਤੇ ਜਿਨ੍ਹਾਂ ਚੋਬਾਂ ਦੇ ਉੱਤੇ ਸੁਨਹਿਰੀ ਰੰਗ ਦਾ ਸੋਨੇ ਦੇ ਨਾਲ ਜੜਿਆ ਹੋਇਆ ਕਲਸ਼ ਲੱਗਾ ਏ ਦੋਵਾਂ ਚੋਬਾਂ ਤੇ, ਜਿਹੜੀ ਸ਼ੋਭਾ ਬੜੀ ਨਿਰਾਲੀ ਹੈ। ਜਨ ਜੁਗ ਕਮਲ ਕਲੀ ਸ਼ਬ ਲੋਭਾ, ਮਨੋ ਵੀ ਜੇ ਦੋ ਕਮਲ ਜਨ ਜੁਗ ਕਮਲ ਕਲੀ ਸ਼ਬ ਲੋਭਾ, ਵੀ ਜੇ ਮੰਨੋ ਵੀ ਕਮਲਾਂ ਦੀ ਕਲੀ ਭਾਵ ਜੋ ਬੰਦ ਕਮਲ ਨੇ ਉਹਨਾਂ ਦੀ ਜਿਵੇਂ ਸ਼ੋਭਾ ਹੁੰਦੀ ਨਾ, ਏਦਾਂ ਉੱਪਰੋਂ ਕਲਸ਼ ਲੱਗਾ ਹੋਇਆ ਫੱਬ ਰਿਹਾ ਹੈ। ਐਸੋ ਥਾਨ ਕੀ ਰਮਨੀਕੋ, ਇਹੋ ਜਿਹਾ ਸੋਹਣਾ ਸਥਾਨ ਰਮਨੀਕ ਤਿਆਰ ਕਰ ਦਿੱਤਾ। ਜੇ ਦੇਖਤ ਹੋਏ ਆਨੰਦ ਜੀ ਕੋ, ਜਿਸ ਅਸਥਾਨ ਦੇ ਦਰਸ਼ਨ ਕਰਦੇ ਆ ਕਹਿੰਦੇ ਚਿੱਤ ਨੂੰ ਆਨੰਦ ਆ ਜਾਵੇ। ਰਾਖੇ ਕੇਤਕ ਦਾਸ ਬਿਠਾਏ, ਭਾਈ ਗੁਰੂ ਦਾਸ ਜੀ ਨੇ ਉਸ ਸਥਾਨ ਦੀ ਰਾਖੀ ਲਈ ਕਿੰਨੇ ਹੀ ਸਿੱਖ ਸੇਵਕ ਬਿਠਾ ਦੇ, ਵੀ ਇਹ ਸੋਹਣਾ ਥਾਂ ਸਵਾਰਿਆ ਬਣਾਇਆ ਏ ਤੇ ਕੋਈ ਆ ਕੇ ਇੱਥੇ ਕੋਈ ਗੰਦਗੀ ਨਾ ਕਰ ਦੇ। ਗੁਰ ਟਿਕ ਤਪ ਗੁਰਦਾਸ ਸਿਧਾਏ, ਸਿੱਖਾਂ ਨੂੰ ਪਹਿਰੇ ਦੇ ਲਾ ਕੇ ਭਾਈ ਗੁਰਦਾਸ ਜੀ ਗੁਰੂ ਅਰਜਨ ਦੇ ਮਹਾਰਾਜ ਜੀ ਪਾਸ ਆਏ। ਉਤ ਸ਼੍ਰੀ ਅਰਜਨ ਟਿਕ ਪੋਥੀਨ, ਉਤ ਧੰਨ ਗੁਰੂ ਅਰਜਨ ਦੇ ਮਹਾਰਾਜ ਛੜਾ ਸਾਹਿਬ ਵਾਲੇ ਅਸਥਾਨ ਤੇ ਪੋਥੀ ਸਾਹਿਬ ਜੀ ਦੇ ਨੇੜੇ ਬਰਾਜੇ ਸਨ। ਬਸੇ ਪ੍ਰੇਮ ਕਰ ਭਾਉ ਪ੍ਰਵੀਰ, ਪ੍ਰਵੀਰ ਪ੍ਰੇਮ ਵਾਲੇ ਗੁਰੂ ਅਰਜਨ ਦੇ ਮਹਾਰਾਜ ਬਸੇ ਨੇ ਗੁਰਬਾਣੀ ਦੀਆਂ ਪੋਥੀਆਂ ਦੇ ਲਾਗੇ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇ ਰਹੇ ਹਨ। ਬੈਠ ਥੜੇ ਦੀਵਾਨ ਲਗਾਵੇ, ਥੜੇ ਦੇ ਉੱਤੇ ਬਿਰਾਜਮਾਨ ਹੋ ਕੇ ਪੰਜਵੇਂ ਪਾਤਸ਼ਾਹ ਦੀਵਾਨ ਸਜਾਇਆ ਹੈ। ਸਭ ਸੰਗਤ ਕੋ ਦਰਸ ਦਿਖਾਵੇ, ਸਭ ਸਿੱਖ ਸੰਗਤਾਂ ਨੂੰ ਉੱਥੇ ਹੀ ਮਹਾਰਾਜ ਦਰਸ਼ਨ ਦੇ ਰਹੇ ਨੇ। ਜਾਏ ਕੀਨ ਅਰਦਾਸ ਅਗਾਰੇ, ਭਾਈ ਗੁਰਦਾਸ ਸਾਹਿਬ ਨੇ ਪੰਜਵੇਂ ਪਾਤਸ਼ਾਹ ਦੇ ਸਨਮੁਖ ਜਾ ਕੇ ਅਰਦਾਸ ਬੇਨਤੀ ਕੀਤੀ। ਸ੍ਰੀ ਗੁਰ ਭਇਓ ਸਥਾਨ ਤਿਆਰੇ, ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਅਸਥਾਨ ਦੀ ਤਿਆਰੀ ਹੋ ਗਈ ਹੈ। ਜਾਉ ਦਿਸ਼ ਤੇ ਰਮਣੀਕ ਬਣਾਵਾ, ਜੇ ਆਪ ਜੀ ਦੀ ਆਗਿਆ ਸੀ ਚਾਰ ਸਵੇਰੇ ਤੋਂ ਬੜਾ ਹੀ ਰਮਣੀਕ ਬੜਾ ਸੋਹਣਾ ਬਣਾ ਦਿੱਤਾ ਹੈ। ਬ੍ਰਿੰਦ ਧਰੋਵਰ ਜਹਿ ਦ੍ਰਿਸ਼ਟਾਵਾ, ਜਿੱਥੇ ਚਾਰ ਸਵੇਰੇ ਮਹਾਰਾਜ ਹਜ਼ਾਰਾਂ ਹੀ ਦਰਖਤ ਹੀ ਵੇਖਣ ਵਿੱਚ ਆਉਂਦੇ ਹਨ। ਸੁਣ ਸ਼੍ਰੀ ਅਰਜਨ ਸਭ ਪੋਥੀਨ, ਮਹਾਰਾਜ ਪੰਜਵੇਂ ਪਾਤਸ਼ਾਹ ਨੇ ਜਦੋਂ ਸੁਣਿਆ ਤੇ ਸਭ ਗੁਰਬਾਣੀ ਦੀਆਂ ਜੋ ਪੋਥੀਆਂ ਸਨ, ਨੇ ਗਮਨੇ ਉਤਸ਼ਾਹੋ ਸੇ ਕੀਨ, ਬੜੇ ਉਤਸ਼ਾਹ ਨੂੰ ਕਰਦਿਆਂ ਹੋਇਆ ਸ਼ਬਦ ਚੌਂਕੀ ਕਰਦੇ ਆ ਪਾਤਸ਼ਾਹ ਜੀ ਪੋਥੀ ਸਭ ਲੈ ਕੇ ਉੱਥੋਂ ਚੱਲ ਪਏ। ਖਾਸੇ ਕੋ ਉਚਵਾਏ ਚੱਲੇ ਹੈ, ਜਿਸ ਪਾਲਕੀ ਸਾਹਿਬ ਦੇ ਪੋਥੀ ਸਾਹਿਬ ਗੁਰਬਾਣੀ ਬਿਰਾਜਮਾਨ ਸੀ ਉਹ ਸਿੱਖਾਂ ਨੂੰ ਚਕਵਾ ਕੇ ਤੁਰੇ ਹਨ। ਦੋ ਦਿਸ਼ ਸੁੰਦਰ ਚਮਰ ਢੁਲੇ ਹੈ, ਦੋਏ ਪਾਸੇ ਬੜਾ ਸੋਹਣਾ ਚੌਲ ਸਾਹਿਬ ਹੋ ਰਿਹਾ ਹੈ, ਗੁਰਬਾਣੀ ਦੇ ਉੱਤੇ ਚਮਰ ਝੁਲ ਰਿਹਾ ਏ। ਮੁਕਤਾ ਗੰਨ ਪਰ ਮਨੋ ਮਰਾਲ, ਉਹ ਚੌਲ ਸਾਹਿਬ ਇੱਧਰ ਉੱਧਰ ਕਹਿੰਦੇ ਐਵੇਂ ਹਿਲਜੁਲ ਕਰ ਰਿਹਾ ਏ ਜਿਵੇਂ ਮੋਤੀਆਂ ਦੇ ਉੱਤੇ ਦੋ ਹੰਸ ਆਉਂਦੇ ਹੋਣ ਮੋਤੀਆਂ ਨੂੰ ਚੁਗਣ ਵਾਸਤੇ। ਉੱਡਤ ਭਰਮਤ ਨਿਕਟ ਨਾ ਡਰ ਨਾੜ, ਜੇ ਦੋ ਕਹਿੰਦੇ ਵੀ ਹੰਸ ਉੱਡਦੇ ਹੋਣ ਇੱਧਰ ਉੱਧਰ ਭਰਮਦੇ ਹੋਣ
ਕੋਲਾ ਦੇ ਨੇੜੇ ਨਾ ਆਉਂਦੇ ਹੋਣ ਤੇ ਡਰਦਿਆਂ ਫਿਰ ਪਛਾਹ ਚਲੇ ਜਾਂਦੇ ਹੋਣ। ਐਵੇਂ ਸੋਹਣਾ ਚੌਰ ਸਾਹਿਬ ਮਹਾਰਾਜ ਦੀ ਬਾਣੀ ਤੇ ਦੋਵੇਂ ਪਾਸੇ ਝੁਲ ਰਿਹਾ ਫਿਰ ਰਿਹਾ ਹੈ। ਸਿੱਖ ਸੰਗਤ ਲੈ ਫੁੱਲਨ ਮਾਲਾ, ਸਿੱਖ ਸੰਗਤਾਂ ਨੂੰ ਵੀ ਬੜਾ ਚਾਹੇ ਤੇ ਫੁੱਲਾਂ ਦੀਆਂ ਮਾਲਾ ਗੁੰਦ ਗੁੰਦ ਕੇ ਲਿਆਏ ਹਨ। ਹਰ ਕਾਏ ਚੌਂ ਦਿਸ਼ਨ ਵਿਸਾਲਾ, ਤੇ ਚਾਰ ਸਵੇਰੇ ਪਾਲਕੀ ਸਾਹਿਬ ਦੇ ਫੁੱਲਾਂ ਦੀਆਂ ਮਾਲਾ ਲੜਕਾਈਆਂ ਹੋਈਆਂ ਨੇ। ਧੂਪ ਤਖਾਵਤ ਜਾਤ ਅਗਾਰੇ, ਅੱਗੇ ਅੱਗੇ ਇੱਕ ਸਿੱਖ ਕੋਲੇ ਗਰਮ ਕਰਕੇ ਤੇ ਸੁਗੰਧੀ ਵਾਲਾ ਧੂਪ ਅੱਗੇ ਤਖਾਉਂਦਾ ਜਾ ਰਿਹਾ, ਮਹਿਕਾ ਖਲਾਉਂਦਾ ਜਾ ਰਿਹਾ। ਧੁਨ ਮਿਲ ਜੈ ਜੈਕਾਰ ਉਚਾਰੀ, ਸਾਰਿਆਂ ਨੇ ਮਿਲ ਕੇ ਜੈ ਜੈਕਾਰ ਦੀ ਧੁਨੀ ਉਚਾਰੀ ਹੈ। ਮਹਾਰਾਜ ਤੁਹਾਡੀ ਤੁਹਾਡੀ ਬਾਣੀ ਦੀ ਸਦਾ ਹੀ ਜੈ ਹੋਵੇ। ਬਹੁਤ ਭਇਓ ਸੰਖਨ ਕੋ ਸ਼ੋਰਾ, ਸੰਖ ਵੱਜੇ ਨੇ ਤੇ ਸੰਖਾਂ ਦੇ ਵੱਜਣ ਦਾ ਬੜਾ ਭਾਰੀ ਸ਼ੋਰ ਆਵਾਜ਼ਾਂ ਹੋਇਆ। ਕਰੇ ਕੀਰਤਨ ਮਿਲ ਮਿਲ ਜੋਰਾ, ਜੋਟੀਆਂ ਬਨ ਬਨ ਕੇ ਗੁਰਸਿੱਖ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਕਰ ਰਹੇ ਹਨ। ਲੱਕ ਦੁੰਦਬ ਮਿਲ ਸੰਗ ਨਫੀਰਾ, ਛੋਟੇ ਨਗਾਰੇ ਤੇ ਨਫੀਰੀਆਂ ਤੂਤੀਆਂ ਵੱਜ ਰਹੀਆਂ ਨੇ। ਕਰਤ ਪਜਾਵਣ ਧੀ ਪਟ ਭੀਰਾ, ਜਿੱਦਾਂ ਗੁਰਸਿੱਖਾਂ ਦੀ ਬਹੁਤ ਭੀੜ ਇਕੱਤਰ ਹੋ ਗਈ ਹੈ, ਤਰ੍ਹਾਂ ਤਰ੍ਹਾਂ ਦੇ ਸਾਜ ਵਜਾ ਕੇ ਚਾਹ ਉਤਸ਼ਾਹ ਕਰਦੇ ਜਾ ਰਹੇ ਨੇ। ਇਹ ਉਤਸ਼ਾਹ ਕਰਤ ਗੁਰ ਚਾਲੇ, ਇਹ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਬੜਾ ਹੀ ਉਤਸ਼ਾਹ ਕਰਦੇ ਆ, ਗੁਰਬਾਣੀ ਰਚਣ ਦੇ ਕਾਰਜ ਦੀ ਖੁਸ਼ੀ ਮਨਾਉਂਦੇ ਆ ਜਾ ਰਹੇ ਹਨ। ਗਮਨੇ ਸਿੱਖ ਸੁਪ੍ਰੇਮ ਵਿਸਾਲੇ, ਸਾਰੇ ਸਿੱਖ ਵੀ ਜਿਨ੍ਹਾਂ ਦੇ ਅੰਦਰ ਪ੍ਰੇਮ ਬਹੁਤਾ ਹੈ ਬੜੇ ਪ੍ਰੇਮ ਦੇ ਨਾਲ ਜਾ ਰਹੇ ਹਨ। ਸਨੇ ਸਨੇ ਤਿਸ ਥਾਨ ਪਹੁੰਚੇ, ਸਹਿਜੇ ਸਹਿਜੇ ਚੱਲਦੇ ਆ ਪੰਚਮ ਪਾਤਸ਼ਾਹ ਉਸ ਪਵਿੱਤਰ ਸਥਾਨ ਪਹੁੰਚ ਗਏ। ਚੱਲ ਦਲ ਸਦਰ ਝੁਲਤ ਜੈ ਉੱਚੇ, ਜਿੱਥੇ ਸਫੇਦ ਪੱਤਿਆਂ ਦੇ ਬੜੇ ਉੱਚੇ ਉੱਚੇ ਖਲੋਤੇ ਹੋਏ ਪਿੱਪਲਾਂ ਦੇ ਪਿੱਪਲ ਦੇ ਟਹਿਣੇ ਪੱਤਿਆਂ ਸਮੇਤ ਝੂਲ ਰਹੇ ਹਨ। ਪਿੱਪਲ ਦਾ ਰੁੱਖ ਟਹਿਣੇ ਪੱਤਿਆਂ ਸਮੇਤ ਜਿੱਥੇ ਹਿੱਲ ਰਿਹਾ ਹੈ। ਸੁੰਦਰ ਚੌਂ ਦਿਸ਼ ਬਨੇ ਉਹਨੇ ਹਾਰਾ, ਚਾਰ ਸਵੇਰੇ ਮਹਾਰਾਜ ਨੇ ਨਿਗਾਹ ਮਾਰੀ ਤੇ ਬੜਾ ਸੋਹਣਾ ਸਥਾਨ ਮਹਾਰਾਜ ਨੇ ਬਣਿਆ ਵੇਖਿਆ। ਲਪਟੈ ਛੁੱਟਤ ਅਧਿਕ ਮਹਿਕਾਰਾ, ਮਹਿਕ ਦੀਆਂ ਖੁਸ਼ਬੂ ਦੀਆਂ ਲਪਟਾਂ ਛੁੱਟ ਰਹੀਆਂ ਨੇ, ਚਾਰ ਸਵੇਰੇ ਉਹ ਸੁਗੰਧੀ ਆ ਰਹੀ ਹੈ। ਅਧਿਕ ਪ੍ਰਸੰਨ ਭਏ ਬਿਖ ਸਾਰੇ, ਮਹਾਰਾਜ ਦੇ ਸਮੇਤ ਜਿੰਨੇ ਸਿੱਖ ਸੇਵਕ ਹੈ ਉਹ ਵੀ ਵੇਖ ਕੇ ਬੜੇ ਖੁਸ਼ ਹੋਏ, ਕਹਿੰਦੇ ਮਹਾਰਾਜ ਆ ਤਾਂ ਬੜੀ ਰਮਣੀਕ ਜਗ੍ਹਾ ਬੜਾ ਸੁੰਦਰ ਸਥਾਨ ਹੈ। ਅੰਤਰ ਖਾਸਾ ਦੇਣੇ ਉਤਾਰੇ, ਜਿੱਥੇ ਤੰਬੂ ਦੇ ਸਾਰੀ ਵਿਛਾਈ ਚੰਦੂਆ ਸਾਹਿਬ ਲਾ ਕੇ ਤਿਆਰੀ ਕੀਤੀ ਸੀ, ਪਾਲਕੀ ਸਾਹਿਬ ਪੋਥੀਆਂ ਸਮੇਤ ਉੱਥੇ ਉਤਾਰ ਦਿੱਤੀ। ਖੁਸ਼ੀ ਕਰੀ ਉਪਰ ਗੁਰਦਾਸ, ਤੇ ਪਹਿਲੇ ਪਾਤਸ਼ਾਹ ਨੇ ਵੇਖਿਆ ਨਾ ਵੀ ਸਾਰੀ ਮਰਿਆਦਾ ਦਾ ਭਾਈ ਗੁਰਦਾਸ ਜੀ ਨੇ ਖਿਆਲ ਰੱਖਿਆ ਤੇ ਸਤਿਗੁਰਾਂ ਬੜੀ ਖੁਸ਼ੀ ਕੀਤੀ ਭਾਈ ਗੁਰਦਾਸ ਦੇ। ਬੈਠੇ ਸਤਿਗੁਰ ਧਰੇ ਹੁਲਾਸ, ਗੁਰੂ ਅਰਜਨ ਦੇਵ ਮਹਾਰਾਜ ਬੜਾ ਆਨੰਦ ਧਾਰ ਕੇ ਤੰਬੂ ਦੇ ਚ ਬੈਠ ਕੇ ਬਰਾਜ ਗਏ। ਸਿੱਖ ਸੰਗਤ ਬੈਠੇ ਤਿਸ ਥਾਨ, ਸਿੰਘ ਸੰਗਤਾਂ ਵੀ ਮਹਾਰਾਜ ਦੇ ਨੇੜੇ ਨੇੜੇ ਉਸ ਥਾਨ ਤੇ ਬੈਠ ਗਈਆਂ। ਗੁਰਕੇ ਚੌਂ ਦਿਸ਼ ਲੱਗੇ ਉਹ ਦੀਵਾਨ, ਸਤਿਗੁਰੂ ਸਾਹਿਬ ਜੀ ਦੇ ਚਾਰ ਸਫੇਰੇ ਗੁਰਸਿੱਖ ਬੈਠੇ ਆ, ਮਨੋ ਦੀਵਾਨ ਸੱਜ ਗਿਆ। ਸਮੁੱਖ ਸਥਾਨ ਨਮਰ ਕੁਛ ਨੀਰਾ, ਜਦੋਂ ਮਹਾਰਾਜ ਨੇ ਵੇਖਿਆ ਨਾ ਵੀ ਜਿਹੜਾ ਤੰਬੂ ਦੇ ਬਿਲਕੁਲ ਸਾਹਮਣੇ ਸਥਾਨ ਹੈ ਕੁਝ ਨੀਵਾਂ ਹੈ ਤੇ ਜਿਹਦੇ ਵਿੱਚ ਕੁਝ ਜਲ ਪਿਆ ਹੈ। ਇਸ ਬਿਖ ਬੋਲੇ ਸਤਿਗੁਰ ਧੀਰਾ, ਧੀਰੇ ਧਾਰੀ ਗੁਰੂ ਅਰਜਨ ਦੇਵ ਮਹਾਰਾਜ ਉਹ ਨੀਵਾਂ ਜਲ ਵਾਲਾ ਸਥਾਨ ਵੇਖ ਕੇ ਬੋਲੇ। ਨਿਜ ਦਾਸਨ ਕੇ ਹਿਤ ਕਲਿਆਣ, ਆਪਣੇ ਸਿੱਖ ਸੇਵਕਾਂ ਦੀ ਕਲਿਆਣ ਵਾਸਤੇ। ਪਲ ਪ੍ਰਚ ਹੋ ਸਰ ਸੁੰਦਰ ਥਾਨ, ਮਹਾਰਾਜ ਸਾਹਿਬ ਜੀ ਨੇ ਵਿਚਾਰ ਕੀਤੀ
ਇੱਥੇ ਸੋਹਣਾ ਸੁੰਦਰ ਛੋਟਾ ਸਰੋਵਰ ਰਚ ਦਈਏ, ਅਲ ਪ੍ਰਜੋ ਸਰ ਸੁੰਦਰ ਥਾਨ, ਸੋਹਣਾ ਥਾਂ ਏ, ਤੇ ਭਾਵੇਂ ਆਕਾਰ ਵਿੱਚ ਸਰੋਵਰ ਛੋਟਾ ਹੋਏ ਪਰ ਸਿੱਖਾਂ ਦੀ ਕਲਿਆਣ ਕਰੇ। ਜਿਤ ਕੰਨੇ ਕਾਸੈ ਕਾਰ ਇਹਾਂ ਕੀ, ਮਹਾਰਾਜ ਸਾਹਿਬ ਜੀ ਇਹ ਵੇਖ ਕੇ ਤੇ ਧੀਰਜ ਧਾਰੀ ਸਤਿਗੁਰੂ ਆਪਣੇ ਦਾਸਾਂ ਦੀ ਕਲਿਆਣ ਕਰਨ ਲਈ ਬੋਲੇ, ਕਹਿੰਦੇ ਗੁਰਸਿੱਖੋ ਇੱਥੇ ਸੋਹਣਾ ਸਰੋਵਰ ਲਾਈਏ ਆਪਾਂ, ਛੋਟਾ ਭਾਵੇਂ ਹੋਵੇ ਆਕਾਰ ਵਿੱਚ, ਤੇ ਜਿੰਨੀ ਕੋਈ ਮਿੱਟੀ ਇੱਥੋਂ ਸੇਵਾ ਕਰਦੇ ਆ ਪੁੱਟੇਗਾ ਕੱਢੇਗਾ। ਤਿਤਕ ਮਲਣ ਤਾਂ ਨਾਸ ਤਾਂ ਕੀ, ਉਹਨੀ ਕੋ ਗੁਰਸਿੱਖ ਦੀ ਸੇਵਾ ਕਰਨ ਵਾਲੇ ਦੀ ਮੰਨੋ ਵੀ ਮਨ ਦੀ ਮਲਨਤਾ, ਮਨ ਦੀ ਮਲੀਨਤਾ ਹੀ ਨਾਸ ਹੋਵੇਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਆਪਾਂ ਸੇਵਾ ਕਰਦੇ ਆ ਨਾ, ਕੋਈ ਮਹਾਰਾਜ ਦੇ ਅਸਥਾਨਾਂ ਦੀ ਧੂੜ ਮਿੱਟੀ ਝਾੜਦੇ ਹੈ, ਉਹ ਇਹ ਨਾ ਸਮਝੋ ਵੀ ਅਸੀਂ ਘੱਟਾ ਮਿੱਟੀ ਝਾੜ ਰਹੇ, ਅਸੀਂ ਆਪਣਾ ਮਨ ਸ਼ੁੱਧ ਕਰ ਰਹੇ ਹਾਂ। ਜਿਹੜਾ ਇਹ ਭਾਵਨਾ ਸਿੱਖ ਰੱਖਦਾ ਹੈ ਉਹਦਾ ਹਿਰਦਾ ਪਵਿੱਤਰ ਹੁੰਦਾ। ਭਾਵੇਂ ਪਾਤਸ਼ਾਹ ਸੇਵਾ ਦਾ ਮਹਾਤਮ ਦੱਸ ਰਹੇ ਨੇ ਵੀ ਜਿੰਨੀ ਕੋਈ ਇਹ ਅਸਥਾਨ ਦੀ ਮਿੱਟੀ ਪੁੱਟੇਗਾ, ਅਸਥਾਨ ਤੋਂ ਬਾਹਰ ਕੱਢੇਗਾ, ਉਹਨੀ ਸਮਝੋ ਵੀ ਉਹ ਆਪਣੇ ਅੰਦਰ ਦੀ ਮੈਲ ਧੋ ਲਵੇਗਾ। ਰਾਮਸਰ ਸਾਹਿਬ ਸਰੋਵਰ ਅਸਥਾਨ ਪ੍ਰਗਟ ਕਰ ਰਹੇ ਨੇ ਪਾਤਸ਼ਾਹ, ਤੇ ਉਸ ਅਸਥਾਨ ਦਾ ਮਹਾਤਮ ਹੀ ਪ੍ਰਗਟ ਕਰਨਗੇ। ਤੇ ਜੇ ਗੁਰਬਾਣੀ ਰਚਨ ਦਾ ਮਹਾਨ ਕਾਰਜ ਆਰੰਭ ਹੁੰਦਾ, ਇਹ ਕਥਾ ਪਾਉਣ ਵਾਲੇ ਸਮੇਂ ਸਰਵਣ ਕਰਾਂਗੇ। ਸਤਿਗੁਰੂ ਪੰਚਮ ਪਾਤਸ਼ਾਹ ਦੇ ਪਾਵਨ ਇਤਿਹਾਸ ਦੀ ਵਿਚਾਰ ਕਰਦੇ ਹਾਂ। ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ, ਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਬਖਸ਼ਿੰਦਾ ਬਖਸ਼ਣਹਾਰ ਹੈ, ਬਖਸ਼ ਲੈਣਾ। ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਸ਼ਹੀਦੀ ਦਿਹਾੜੇ ਪਰਸੋਂ ਦੇ ਦਿਹਾੜੇ 17 ਦਸੰਬਰ ਨੂੰ ਬਹੁਤ ਸ਼ਰਧਾ ਭਾਵਨਾ ਦੇ ਸਹਿਤ ਮਨਾਏ ਜਾ ਰਹੇ ਹਨ। ਇਹਨਾਂ ਪਾਵਨ ਦਿਹਾੜਿਆਂ ਦੇ ਸੰਬੰਧਿਤ ਮਹਾਰਾਜ ਦੀ ਅਕਾਲੀ ਬਾਣੀ ਦੇ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਨੇ। ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਦਾ ਵੀ ਗੁਰਿਆਈ ਗੁਰਦੀ ਦਿਹਾੜਾ ਹੈ ਅੱਜ। ਸਮੂਹ ਮਾਈ ਭਾਈ ਗੁਰਸਿੱਖਾਂ ਨੇ ਮਹਾਰਾਜ ਦੇ ਇਹਨਾਂ ਪਾਵਨ ਦਿਹਾੜਿਆਂ ਦੇ ਸਮੇਂ ਤਨ ਮਨ ਧਨ ਦੇ ਨਾਲ ਸੇਵਾਵਾਂ ਕਰਕੇ ਹਾਜ਼ਰੀਆਂ ਭਰ ਕੇ ਲਾਭ ਪ੍ਰਾਪਤ ਕਰਨਾ, ਪ੍ਰੇਮ ਦੇ ਜਾ ਕੇ ਆਖੋ ਵਾਹਿਗੁਰੂ 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 ਵਾਹਿਗੁਰੂ।
ਤੇ ਕਿਰਪਾ ਨਿੰਦ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਵਦ ਵਾਹਿਗੁਰੂ ਪਾਰ ਉਤਾਰ ਵਾਹਿਗੁਰੂ।